ਤੁਸੀਂ ਨਵੇਂ ਸ਼ਹਿਰ ਵਿੱਚ ਸਮਾਰਟਫੋਨ ਸਮਾਰਟ LED ਤਾਂ ਦੇਖੀ ਹੈ, ਲੇਕਿਨ ਇਹ ਸਮਾਰਟ ਬੈੱਡ ਆ ਕਹਿੰਦੇ। ਆਹ ਤੁਸੀਂ ਦੇਖੋ ਕਿ ਆਹ ਬੈੱਡ ਦੇ ਨਾਲ ਹੀ ਅਟੈਚ ਆ, ਜਿੱਥੇ ਕੈਮਰਾ ਸਮਝ ਲਓ ਜੀ ਉੱਥੇ LED ਲੱਗੀ ਆ, ਤਾਂ ਤੁਸੀਂ ਆਰਾਮ ਨਾਲ ਜਦੋਂ ਆਪਣੇ ਕਮਰੇ 'ਚ ਵਿੱਚ ਬਹਿ ਕੇ ਨੈੱਟਫਲਿਕਸ 'ਤੇ ਫਿਲਮ ਦੇਖ ਰਹੇ ਹਾਂ, ਇੱਥੇ ਤੁਸੀਂ ਕੋਕ ਰੱਖ ਸਕਦੇ ਹਾਂ, ਕੋਲਡ ਡਰਿੰਕ ਰੱਖ ਸਕਦੇ ਹਾਂ, ਪੌਪਕੋਰਨ ਰੱਖ ਸਕਦੇ ਹਾਂ, ਸਪੀਕਰ ਵੀ ਲੱਗੇ, ਇੱਧਰ ਵੀ ਬਹੁਤ ਸਾਰੇ ਬੋਕਸਿਸ ਨੇ। ਅਪਲੋਡਿੰਗ ਦੀ ਵੀ ਕੰਪਲੀਟ ਰੇਂਜ ਹੈ, ਚਾਹੇ ਤੁਹਾਨੂੰ ਹੀਟਰ ਵਾਲੀ ਮਸ਼ੀਨ ਚਾਹੀਦੀ ਹੈ, ਬਿਨਾਂ ਹੀਟਰ ਵਾਲੀ ਚਾਹੀਦੀ ਹੈ, ਇਹਦੇ ਉੱਤੇ ਵੀ ਅਸੀਂ ਬਹੁਤ ਵਧੀਆ ਇੱਕ ਆਫਰ ਲਾਈ ਹੋਈ ਹੈ। ਹਾਇਰ ਕੰਪਨੀ ਦੀ 10.5 ਕਿਲੋ ਦੀ ਮਸ਼ੀਨ ਜਿੱਥੋਂ ਮਰਜ਼ੀ ਤੁਸੀਂ ਪ੍ਰਾਈਸ ਚੈੱਕ ਕਰਕੇ ਆ ਜਾਓ ਜੀ। 10 ਸਾਲ ਦੀ ਵਾਰੰਟੀ ਕੰਪਲੀਟ ਹੈ ਜੀ, ਤੇ 5 ਸਾਲ ਦੀ ਮੋਟਰ ਦੀ ਵਾਰੰਟੀ ਹੈਗੀ ਹੈ। ਇਹ ਆਨਲਾਈਨ 36,000 ਦੀ ਹੈਗੀ ਹੈ, ਮਾਈ ਇਲੈਕਟ੍ਰੋਨਿਕਸ ਦਾ ਪ੍ਰਾਈਸ 31,000 ਹੈ, ਔਰ PV 32 ਲਈ ਸਪੈਸ਼ਲ 29,990 ਰੁਪਏ। ਸਪੈਸ਼ਲ ਰੋਇਲ ਫਿਨਿਸ਼ ਦੇ ਵਿੱਚ ਹੈ, ਇਹ ਕੋਈ ਦਿੱਲੀ ਵਾਲਾ ਮਟੀਰੀਅਲ ਨਹੀਂ ਜਿਹੜਾ ਰੈਡੀਮੇਡ ਆ ਜਾਂਦੇ ਆ, ਇਹ 100% ਜਿਹੜਾ ਹੈ ਸ਼ੀਸ਼ਮ ਦੇ ਵਿੱਚ ਤਿਆਰ ਕੀਤੇ। ਫਾਈਬਰ ਨਾਲ ਤਿਆਰ ਕਰਦੇ ਉਹ ਚੀਜ਼ ਦਾ ਨਹੀਂ? ਉਹ ਨਹੀਂ ਸਰ, 100% ਲੱਕੜ ਹੋਊਗੀ, ਸ਼ੀਸ਼ਮ ਦੇ ਵਿੱਚ ਰੈਡੀ ਹੈ, ਹੈਂਡ ਕ੍ਰਾਫਟਡ ਹੈ, PU ਪੋਲਿਸ਼ ਦੇ ਵਿੱਚ ਹੈ, ਔਰ HR ਦੀ 40 ਡੈਂਸਿਟੀ ਦੀ ਫੋਮ ਹੈ, 10 ਸਾਲ ਦੀ ਮਾਈ ਇਲੈਕਟ੍ਰੋਨਿਕਸ ਦੀ ਗਰੰਟੀ ਹੈ। ਪਿਛਲੀ ਵੀਡੀਓ ਚ ਵੀ ਦੱਸਿਆ ਸੀ ਇਹਦੇ ਨਾਲ ਦਾ ਮੈਂ ਲੈ ਕੇ ਗਿਆ, ਮੈਂ 80,000 ਦਾ ਲੈ ਕੇ ਗਿਆ, ਹੁਣ ਤੁਸੀਂ ਕਿੰਨੇ ਦਾ? 63,990 ਰੁਪਏ ਦਾ ਤੁਹਾਨੂੰ ਰੈਫਰੀਜਰੇਟਰ ਮਿਲ ਜਾਣਾ। ਅੰਦਰ ਦੇ ਵਿੱਚ ਵੀ ਕੰਪਲੀਟ ਰੇਂਜ ਹੈ ਸਰ। ਕੀ ਬਾਤ ਹੈ, ਇੱਧਰ ਦਿਖਾਓ ਜੀ। ਇਹ ਪੂਜਾ ਘਰ ਹੈ, ਵਿਦ ਡੋਰ ਹੈ, ਕਈ ਆਬਜੈਕਟ ਕਰਦੇ ਕਿ ਓਪਨ ਨਹੀਂ ਚਾਹੀਦੇ, ਜੀ ਜੀ ਕਿਆ ਬਾਤ ਹੈ, ਸਿੰਗਲ ਟੈਪ ਦੇ ਵਿੱਚ ਤੁਸੀਂ ਪ੍ਰੈਸ ਕਰੋਗੇ ਡੋਰ ਓਪਨ ਹੋ ਜਾਊਗਾ, ਵੈਸੇ ਹੀ ਸਿਰ ਝੁੱਕ ਜਾਂਦਾ ਦੇਖ ਕੇ। ਇਹ ਬਹੁਤ ਫੀਲਿੰਗ ਹੈ, ਪੂਰੀ ਫੀਲਿੰਗ ਹੈ, ਸ਼ਰਧਾ ਵਾਲੀ ਫੀਲਿੰਗ ਆਉਂਦੀ ਹੈ। ਇਹਦੇ ਵਿੱਚ ਵੀ ਸਾਰੇ ਡਿਜ਼ਾਈਨਸ ਹੈ, ਕਲਰਸ ਹੈ, ਪ੍ਰੈਸ ਟੇਬਲ ਅਵੇਲੇਬਲ ਹੈ, ਸੋਫਾ ਕਮ ਬੈੱਡ ਚਾਹੀਦਾ ਆ ਉਹ ਅਵੇਲੇਬਲ ਹੈ। ਕਿਚਨ ਅਪਲਾਈਂਸਿਸ ਦੇ ਵਿੱਚ ਵੀ ਮੇਰੇ ਕੋਲ ਸਾਰੀ ਰੇਂਜ ਅਵੇਲੇਬਲ ਹੈ। ਮੋਸ਼ਨ ਕੰਟਰੋਲ ਵਾਲੀ ਚਿਮਨੀ ਜਿਹੜੀ 16,500 ਰੁਪਏ ਦੀ ਸੀਗੀ, ਡਿਸਕਾਊਂਟ ਕਰਕੇ ਉਹ ਅਸੀਂ 16,000 ਦੀ ਕਰਤੀ, ਔਰ ਇਹਦੇ ਨਾਲ 3,000 ਦਾ ਅਸੀਂ ਜੂਸਰ ਵੀ ਫ੍ਰੀ ਕਰਤਾ। 13,000 ਰੁਪਏ ਤੋਂ ਬੈੱਡ ਸਾਡੇ ਕੋਲ ਡਬਲ ਬੈੱਡ ਸ਼ੁਰੂ ਹੋ ਜਾਂਦਾ ਜੀ। ਸਿਰਫ 13,000? 13,000 ਤੋਂ ਡਬਲ ਬੈੱਡ ਸਾਡੇ ਕੋਲ। ਕੁਆਲਿਟੀ ਦੀ ਗਰੰਟੀ ਲੈਂਦੇ ਹੋ ਸਰ? 100% ਤੁਹਾਨੂੰ ਵੁੱਡ ਮਿਲੂਗੀ ਜੀ, ਕੋਈ ਇਹਦੇ ਵਿੱਚ ਬੋਰਡ ਨਹੀਂ, ਕੋਈ ਪਾਰਟੀਕਲ ਬੋਰਡ ਨਹੀਂ, ਕੋਈ ਕੁਛ ਨਹੀਂ। ਮਾਈਕ੍ਰੋਵੇਵ ਦੀ ਗੱਲ ਕਰਾਂ ਸਰ, ਮਾਈਕ੍ਰੋਵੇਵ ਤੁਹਾਨੂੰ ਜਿਹੜਾ 7,000 ਰੁਪਏ ਵਾਲਾ ਸੀਗਾ, ਆਪਾਂ ਤੁਹਾਨੂੰ 6,000 ਰੁਪਏ ਦੇ ਵਿੱਚ ਦੇ ਦੇਣਾ। ਇਹਦੇ ਨਾਲ ਵੀ ਅਸੀਂ ਤੁਹਾਨੂੰ ਕੈਟਲ ਦੇ ਦੇਣੀ ਹੈ ਜੀ, ਇਹਦੇ ਨਾਲ ਵੀ ਕੈਟਲ ਦੇ ਦੇਣੀ, ਲੱਕੀ ਡਰਾ ਦਾ ਕੂਪਨ ਵੀ ਦੇ ਦੇਣਾ। ਸਰਦੀਆਂ ਦਾ ਜ਼ਿਆਦਾ ਖਿਆਲ ਕਰ ਰਹੇ ਹੋ? ਸਰਦੀਆਂ ਦਾ ਖਿਆਲ ਕਰ ਰਹੇ ਹਾਂ, ਗੀਜ਼ਰ ਵੀ ਹੈ ਸਾਡੇ ਕੋਲ, ਏਅਰ ਫਰਾਇਰ ਵੀ ਅਵੇਲੇਬਲ ਆ ਹਾਇਰ ਦੇ। ਰਕਸ਼ਾ ਬੰਧਨ ਹੈਗਾ ਆ, ਜਿਹੜੀ ਵੀ ਮੇਰੀ ਭੈਣਾਂ ਆ ਰਹੀਆਂ ਜਾਂ ਕੋਈ ਭੈਣ ਲਈ ਆਪਣੇ ਗਿਫਟ ਲੈ ਰਹੇ ਹੋ ਨਾ, ਭੈਣ ਨੂੰ ਗਿਫਟ ਦੇਣ ਲਈ, ਉਹਦੇ ਲਈ ਆਪਾਂ 21% ਡਿਸਕਾਊਂਟ। 21% ਡਿਸਕਾਊਂਟ ਮੈਂ, ਤੁਸੀਂ ਸ਼ਗਨ ਪਾ ਦੇਣਾ। ਹਾਂ, ਸ਼ਗਨ ਪਾ ਦੇਣਾ, ਸਿਰਫ ਤੇ ਸਿਰਫ ਰਕਸ਼ਾ ਬੰਧਨ। 30 ਇੰਚ ਦੀ ਜਿਹੜੀ ਐਮਸਟਾਰ ਕੰਪਨੀ ਦੀ LED ਹੈ ਜੀ, ਸਪੈਸ਼ਲ ਤੁਹਾਨੂੰ ਸਿਰਫ ਤੇ ਸਿਰਫ 8,990 ਰੁਪਏ ਦੇ ਵਿੱਚ ਦੇਵਾਂਗੇ, ਫੁੱਲ ਸਮਾਰਟ LED ਵਿਦ ਡੰਕਸ਼ਰ ਕੁੱਕਰ ਜੀ। 43 ਇੰਚ ਦੀ LED ਤੁਹਾਨੂੰ 17,000 ਰੁਪਏ ਦੀ ਦੇਵਾਂਗੇ ਵਿਦ ਡੰਕਸ਼ਰ ਕੁੱਕਰ, ਔਰ ਜਿਹੜੀ 50 ਇੰਚ ਦੀ LED ਹੈਗੀ ਐਮਸਟਾਰ ਕੰਪਨੀ ਦੀ, ਉਹ ਤੁਹਾਨੂੰ ਵਿਦ ਸਾਊਂਡ ਬਾਰ ਵਾਲੀ ਸਿਰਫ ਤੇ ਸਿਰਫ 23,990 ਰੁਪਏ ਦੀ ਦੇਵਾਂਗੇ, ਨਾਲ 3,000 ਦਾ ਜੂਸਰ ਫ੍ਰੀ ਦੇਵਾਂਗੇ। ਪਹਿਲੀ ਮਸ਼ੀਨ ਹੈ ਸੈਮੀ ਆਟੋਮੈਟਿਕ, ਜਿਹਦੇ ਵਿੱਚ ਇਨਬਿਲਟ ਹੀਟਰ ਆ, ਸਰਦੀਆਂ ਦੇ ਵਿੱਚ ਸੈਮੀ ਆਟੋਮੈਟਿਕ ਪਾਣੀ ਗਰਮ ਕਰੂਗੀ, ਔਰ ਇਹਦੇ ਉੱਤੇ ਵੀ 888 ਰੁਪਏ ਦੀ ਤੁਹਾਨੂੰ ਕਿਸ਼ਤ ਦੇਵਾਂਗੇ ਜੀ, ਔਰ ਡਿਜੀਟਲ ਪੈਨਲ ਸੈਮੀ ਆਟੋਮੈਟਿਕ ਦੇ ਵਿੱਚ ਤੁਹਾਨੂੰ ਕਿਤੇ ਨਹੀਂ ਮਿਲਦਾ। ਹਾਇਰ ਦਾ AC ਲਾਸਟ 1.5 ਟਨ 3-star ਵਾਲਾ ਹੈਵੀ ਡਿਊਟੀ, ਜਿਹੜਾ ਸਾਡੇ ਸ਼ੋਰੂਮ ਤੇ 41,000 ਦਾ ਸੀ, ਅਸੀਂ ਤੁਹਾਨੂੰ 36,990 ਰੁਪਏ ਦੇ ਵਿੱਚ ਦੇ ਦੇਣਾ। ਅੱਛਾ, ਤੁਸੀਂ ਰਕਸ਼ਾ ਬੰਧਨ ਆਫਰ ਲਿਖਿਆ, ਮੰਨ ਲਓ ਕਿਸੇ ਭਰਾ ਨੇ ਆਪਣੀ ਭੈਣ ਨੂੰ ਗਿਫਟ ਕਰਨਾ, ਮਨ ਚ ਆ ਗਿਆ ਕਿ ਯਾਰ ਭੈਣ ਨੂੰ AC ਦੇਣਾ, ਤਾਂ ਫਿਰ
ਕੁਛ ਹੋਰ ਘੱਟ ਸਕਦਾ? ਸਰ ਇਹ ਵਾਲਾ ਮਾਡਲ ਇੰਡਕਸ਼ਨ ਕੁੱਕਰ ਦੇ ਰਹੇ ਹਾਂ 36,490 ਕਰ ਦਿਓ। ਚਲੋ 500 ਰੁਪਇਆ ਘਟਾਤਾ, ਘਟਾਤਾ। ਲਓ ਜੀ, ਤੋਂ ਵੱਡੀ ਗੱਲ ਮੈਂ ਅਨਾਊਂਸ ਕਰ ਰਿਹਾ ਹਾਂ, 65 ਇੰਚਸ ਦਾ ਪੈਨਲ ਆਪਾਂ ਤੁਹਾਨੂੰ 65,000 ਦੇ ਵਿੱਚ ਦੇ ਦਾਂਗੇ, ਹੈਂਡ ਫਰੀ ਵੋਇਸ ਕਮਾਂਡ ਵਾਲਾ। ਹੈਂਡ ਫਰੀ ਵੋਇਸ ਕਮਾਂਡ? ਹੈਂਡ ਫਰੀ ਵੋਇਸ ਕਮਾਂਡ, ਗੂਗਲ ਟੀਵੀ ਲੇਟੈਸਟ ਮਾਡਲ, ਔਰ ਸਪੈਸ਼ਲ ਰਕਸ਼ਾ ਬੰਧਨ ਲਈ ਸਕੀਮ ਆਈ ਹੋਈ ਹੈ। ਜੇ ਤੁਸੀਂ 2994 ਦੀ ਕਿਸ਼ਤਾਂ ਕਰਾਉਂਦੇ ਆ, ਇੱਕ ਕਿਸ਼ਤ ਅਸੀਂ ਤੁਹਾਡੀ ਭਰਾਂਗੇ। ਨਵਾਂਸ਼ਹਿਰ ਡਿਸਟ੍ਰਿਕਟ ਘੁੰਮ ਕੇ ਆ ਜਾਓ, ਤੁਹਾਨੂੰ ਕਦੇ ਵੀ 10 ਸਾਈਡ ਬਾਈ ਸਾਈਡ ਐਲਜੀ ਦੇ ਇੱਕ ਸ਼ੋਰੂਮ ਦੇ ਉੱਤੇ ਕਲਰ ਤੇ ਆਪਸ਼ਨਸ ਨਹੀਂ ਮਿਲਣਗੀਆਂ। ਇਹਦੇ ਚ ਵੀ ਕਸਟਮਾਈਜ਼ ਹੋ ਜਾਂਦਾ ਮੇਰੇ ਖਿਆਲ ਨਾਲ? ਹਾਂਜੀ, ਇਹਦੇ ਵਿੱਚ ਮੂਡ ਅਪ ਰੈਫਰੀਜਰੇਟਰ ਆਉਂਦਾ ਸਰ, ਇਹ ਵਾਲਾ ਰੈਫਰੀਜਰੇਟਰ ਹੈਗਾ ਜੀ। ਮੂਡ ਅਪ ਕਹਿੰਦੇ, ਤੁਸੀਂ ਮੋਬਾਈਲ ਦੇ ਨਾਲ ਕੋਈ ਵੀ ਕਲਰ ਡੋਰ ਦਾ ਸੈੱਟ ਕਰ ਸਕਦੇ ਹੋ। ਕਲਰ ਚੇਂਜ ਹੁੰਦਾ ਰਹਿੰਦਾ, ਜੋ ਮਰਜ਼ੀ ਕਲਰ ਆਪਣੇ ਹਿਸਾਬ ਦਾ, 1 ਮਿਲੀਅਨ ਕਲਰ ਆਪਣੇ ਹਿਸਾਬ ਨਾਲ ਸੈੱਟ ਕਰ ਸਕਦੇ ਡੋਰਸ ਦੇ। ਤਾਂ ਹੀ ਫਿਰ ਕਹਿੰਦੇ ਐਲਜੀ ਦਾ ਕੋਈ ਮੁਕਾਬਲਾ ਨਹੀਂ। ਲਾਈਫ ਗੁੱਡ। ਲੋਹੇ ਵਾਲੀ ਦੀ ਗੱਲ ਕਰੀਏ, ਸਾਡੇ ਕੋਲ ਕੰਪਲੀਟ ਰੇਂਜ ਹੈ, ਇੱਕ ਵਾਰੀ ਤੁਸੀਂ ਦੇਖ ਲਓ, ਕੁਆਲਿਟੀ ਚੈੱਕ ਕਰ ਲਓ, ਕਿਤੇ ਤੁਹਾਡਾ ਲੋਹਾ ਦੱਬਾ ਹੋਇਆ ਨਹੀਂ। ਬਾਕਸ ਵੀ ਮਿਲ ਜਾਏਗਾ? ਹਾਂਜੀ, ਉੱਪਰ ਓਪਨ ਹੋ ਜਾਂਦਾ, ਵਿਦ ਹਾਈਡ੍ਰੋਲਿਕ ਹੈ ਸਰ। ਪੂਰੀ ਮਾਰਕੀਟ ਘੁੰਮ ਕੇ ਆਇਓ, ਲਾਸਟ ਵੀਡੀਓ ਮੈਂ ਤੁਹਾਨੂੰ 11,000 ਰੁਪਏ ਰੇਟ ਕਿਹਾ ਸੀ ਜੀ, 10,000 ਦੀ ਦੇ ਦੇਣੀ ਸਰ, ਨਹੀਂ ਮਿਲਦੀ ਇੱਥੇ ਤਾਂ ਮਿਲ ਜਾਊਗੀ ਸ਼ਾਇਦ, ਪਰ ਮਾਰਕੀਟ 'ਚ ਨਹੀਂ ਮਿਲਦੀ। 10,000 ਦੀ ਵਿਦ ਡਰੈਸਿੰਗ ਟੇਬਲ। ਅੱਛਾ, ਮੈਂ ਧਮਾਕਾ ਪਾਉਣ ਲੱਗਾ ਹੈ, ਜਿਹੜੇ ਕਸਟਮਰ ਟੌਪ 10 ਸ਼ੇਅਰਰਸ ਆਣਗੇ ਸਰ, ਤੁਸੀਂ ਸਾਨੂੰ ਲਿਸਟ ਦੇ ਦਿਓ, ਅਸੀਂ ਉਹਨਾਂ ਨੂੰ ਗਿਫਟ ਦੇ ਦਾਂਗੇ। ਮਨ ਚਾਹੇ ਗਿਫਟ ਦੋਗੇ ਕਿ ਆਪਣੇ ਮਨ ਦਾ ਗਿਫਟ ਦੋਗੇ? ਸਰ ਗਿਫਟ ਅਸੀਂ ਪ੍ਰੀ ਡਿਸਾਈਡਿਡ ਕੀਤੇ ਹੋਏ ਆ, ਟੌਪ 10 ਜਿਹੜੇ PB32 ਦੇ ਸ਼ੇਅਰਰਸ ਹੋਗੇ ਉਹਨਾਂ ਦੇ ਘਰੇ ਅਸੀਂ ਗਿਫਟ ਕੋਰੀਅਰ ਕਰ ਦਾਂਗੇ। ਕੋਈ ਪ੍ਰੋਡਕਟ ਨਹੀਂ, ਇੱਥੇ ਆ ਕੇ ਲੈ ਜੂਗੇ, ਕਿਹੜੀ ਗੱਲ ਹੈ, ਇੱਥੇ ਆ ਜਾਣਾ। ਕੋਈ ਬਾਹਰੋਂ ਵੀ ਹੋਊਗਾ, ਅਸੀਂ ਪ੍ਰੋਡਕਟ ਘਰੇ ਭੇਜ ਦਾਂਗੇ, ਉਹਨਾਂ ਦੇ ਪ੍ਰੋਡਕਟ ਖਰੀਦਣ ਦੀ ਲੋੜ ਨਹੀਂ। ਟੌਪ 10 ਸ਼ੇਅਰਰਸ ਨੂੰ ਤੁਹਾਡੇ ਆਪਣੇ ਮਨਪਸੰਦ ਮਾਈ ਇਲੈਕਟ੍ਰੋਨਿਕ ਸ਼ੋਰੂਮ ਤੇ ਪਹੁੰਚੇ ਆ, ਫਿਰ ਤੋਂ ਇੱਕ ਵਾਰ ਇਹਨਾਂ ਦੇ ਪ੍ਰੋਡਕਟਸ ਦੀ ਪ੍ਰਮੋਸ਼ਨ ਕਰਾਂਗੇ, ਫਿਰ ਤੋਂ ਇੱਕ ਵਾਰ ਇਹ ਤੁਹਾਡੇ ਲਈ ਨਵੇਂ ਪ੍ਰੋਡਕਟ ਲੈ ਕੇ ਆਏ ਨੇ ਫਿਰ ਤੋਂ ਇੱਕ ਵਾਰ। ਪਰ ਚੰਗੀ ਗੱਲ ਇਹ ਹੈ ਕਿ ਇਹ ਤੁਹਾਡੇ ਲਈ ਆਫਰਾਂ ਲੈ ਕੇ ਆਉਂਦੇ ਆ, ਖਾਸ ਆਫਰਾਂ ਲੈ ਕੇ ਆਉਂਦੇ ਆ ਹਰ ਵਾਰ, ਵਾਰ। ਸਤਿ ਸ਼੍ਰੀ ਅਕਾਲ, PB32 ਨਵਾਂਸ਼ਹਿਰ ਦੇਖ ਰਹੇ ਹੋ, ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੇਸ਼ਵਰੀ। ਤੁਸੀਂ ਸ਼ੇਅਰ ਤੋਂ ਨਜ਼ਰ ਆ ਲੈਂਦੇ, ਵੀਡੀਓ ਕਿਸ ਬਾਬਤ ਹੋਣ ਵਾਲੀ ਹੈ। ਸਾਥੀ ਇੱਕ ਵਾਰ ਫਿਰ ਤੋਂ ਪਹੁੰਚੇ ਹਾਂ ਮਾਈ ਇਲੈਕਟ੍ਰੋਨਿਕਸ ਦੇ ਸ਼ੋਰੂਮ ਦੇ ਉੱਤੇ, ਸਾਡੇ ਨਾਲ ਚੇਤਨ ਜੀ ਮੌਜੂਦ ਆ, ਤੁਹਾਡਾ ਆਪਣਾ ਫੇਵਰੇਟ ਸ਼ੋਰੂਮ ਹੈ ਔਰ ਹਮੇਸ਼ਾ ਹੀ ਇੱਥੇ ਆਫਰਾਂ ਲੱਗਦੀਆਂ ਰਹਿੰਦੀਆਂ। ਚੇਤਨ ਜੀ ਤੋਂ ਪੁੱਛਾਂਗੇ ਅੱਜ ਕਿਹੜੀ ਨਵੀਂ ਆਫਰ ਲੈ ਕੇ ਸਾਡੇ ਨਾਲ ਹਾਜ਼ਰ ਨੇ। ਬਹੁਤ ਨਿੱਘਾ ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ ਸਰ। ਅੱਛਾ ਚੇਤਨ ਜੀ, ਅੱਜ ਬੜੇ ਡੈਸ਼ਿੰਗ ਲੱਗ ਰਹੇ ਹੋ ਸਰ, ਤੁਹਾਡੇ ਲਈ ਸਪੈਸ਼ਲ ਆਫਰਾਂ ਲੈ ਕੇ ਆਏ, ਇਸ ਕਰਕੇ ਡੈਸ਼ਿੰਗ ਵੀ ਬਣ ਗਏ ਆ। ਅੱਛਾ ਮੈਂ ਦੱਸਦਾ, ਮੈਨੂੰ ਬਿਲਕੁਲ ਕੁਝ ਨਹੀਂ ਪਤਾ, ਆਪਣੀ ਪਹਿਲਾਂ ਕੋਈ ਗੱਲਬਾਤ ਨਹੀਂ ਹੋਈ, ਆਪਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਦੱਸ ਦਈਏ। ਸਰ ਮੈਂ ਤੁਹਾਡਾ ਮਾਈ ਇਲੈਕਟ੍ਰੋਨਿਕਸ ਦਾ ਪੇਜ ਚੈੱਕ ਕੀਤਾ ਸੀ, ਇੱਕ ਤੁਸੀਂ ਕੋਈ 1 ਰੁਪਏ ਦੀ ਆਫਰ ਦਿੰਦੇ ਹੋ, ਇੱਕ ਤੁਸੀਂ 111 ਰੁਪਏ ਦੀ ਆਫਰ ਦਿੰਦੇ ਹੋ। ਨਵੇਂ ਪ੍ਰੋਡਕਟਸ ਕੀ ਆ, ਆਜ਼ਾਦੀ ਦੇ ਵਾਸਤੇ ਕੀ ਆਫਰ ਦੇ ਰਹੇ ਹੋ, ਰੱਖੜੀ 'ਤੇ ਕੀ ਆਫਰ ਦੇ ਰਹੇ ਹੋ, ਹੋਰ ਤਿਉਹਾਰਾਂ 'ਤੇ ਕੀ ਆਫਰ ਦੇ ਰਹੇ ਹੋ, ਆਪਾਂ ਸਾਰੀ ਡਿਟੇਲ ਦੇ ਦੇਣੀ। ਸਰ ਸਪੈਸ਼ਲ ਕੰਪਨੀ ਨੇ ਆਫਰ ਪਾਈਆਂ, ਇਸ ਕਰਕੇ ਵੀਡੀਓ ਪਾਉਣ ਦਾ ਇਹੀ ਮਕਸਦ ਸੀਗਾ ਕਿ 10 ਦਿਨ ਲਈ ਆਫਰ ਲੱਗੀ ਹੈ, ਜੈਨੂਇਨ ਹੈ। 15 ਤਰੀਕ ਤੋਂ ਲੈ ਕੇ 25 ਤਰੀਕ ਤੱਕ ਆਫਰ ਹੈ, ਜਨਮ ਅਸ਼ਟਮੀ ਤੱਕ ਆਫਰ ਹੈਗੀ ਹੈ ਸਾਡੀ, ਠੀਕ ਹੈ। ਔਰ ਅਸੀਂ ਲੱਕੀ ਡਰਾ ਵੀ ਜਿਹੜਾ ਆਪਾਂ ਮੋਟਰਸਾਈਕਲ ਕੱਢਣਾ ਲਾਈਵ, ਇਹ ਵੀ ਆਫਰ ਆਪਾਂ ਪਹਿਲਾਂ 15 ਅਗਸਤ ਤੱਕ ਸੀਗੀ, ਆਪਾਂ 10 ਦਿਨ ਲਈ ਐਕਸਟੈਂਡ ਕੀਤੀ ਹੈ ਜੀ। ਮਤਲਬ ਹੋਰ ਵੀ ਜੇ ਆਪਣੀ ਕਿਸਮਤ ਜਮਾਉਣੀ ਚਾਹੁੰਦਾ ਜਮਾਲ ਵੀ, ਹਾਂ ਇਹ ਲਾਸਟ ਚਾਂਸ ਹੈ। 25 ਅਗਸਤ ਨੂੰ ਆਪਾਂ ਇਹ ਸ਼ਾਈਨ ਵਾਲਾ ਮੋਟਰਸਾਈਕਲ ਕੱਢ ਦੇਣਾ, ਹਾਂ ਇਹ ਲਾਈਵ ਕੱਢਣਾ, ਤੁਹਾਡੇ ਚੈਨਲ ਦੇ ਮਾਹੀ ਰਾਹੀਂ ਕੱਢਣਾ ਆਪਾਂ ਹਰ ਇੱਕ ਦੇ ਲਈ। ਅਸੀਂ ਵੀ ਮਾਈ ਹਾਂ, ਮਾਈ ਮਤਲਬ ਪਿਆਰ ਪੈ ਗਿਆ। ਚਲੋ ਆਪਾਂ ਪ੍ਰੋਡਕਟ ਦਿਖਾ ਦਈਏ ਤੇ ਆਫਰ ਦਿਖਾ ਦਈਏ। ਪ੍ਰੋਡਕਟ ਦਿਖਾ ਦਿੰਦੇ ਆ ਸਰ, ਸਾਡੇ ਕੋਲ ਵਾਸ਼ਿੰਗ ਮਸ਼ੀਨ ਦੇ ਵਿੱਚ ਜਿੱਦਾਂ ਹੁਣ ਸੀਜ਼ਨ ਚੇਂਜ ਹੋ ਰਿਹਾ ਆ,
ਵਾਸ਼ਰ ਡਰਾਇਰ ਵੀ ਹੈਗਾ ਹਰ ਇੱਕ ਕੰਪਨੀ ਦਾ। ਵਾਸ਼ਰ ਡਰਾਇਰ ਦੇ ਵਿੱਚ ਕੀ ਮਿਲ ਜਾਂਦਾ, ਕੱਪੜਾ 100% ਡਰਾਈ ਹੋ ਕੇ ਨਿਕਲਦਾ ਹੈ, ਧੁੱਪ ਲਵਾਉਣ ਦੀ ਲੋੜ ਨਹੀਂ ਪੈਂਦੀ ਸਰ। ਤੇ ਮੋਰੇ ਸਰਦੀਆਂ ਨਹੀਂ ਉਹ ਚ ਕੰਮ ਕਰੇਗਾ ਪੂਰਾ ਕਿ ਨਹੀਂ? ਸਰਦੀਆਂ ਲਈ ਇਹ ਪ੍ਰੋਡਕਟ ਹੈਗਾ, ਤਾਂ ਹੀ ਦਿਖਾਇਆ। ਇਹਦੇ ਵਿੱਚ ਸਾਡੇ ਕੋਲ ਮਾਈਡੀਆ, ਐਲ ਜੀ, ਹਾਇਰ ਤਿੰਨੋਂ ਬ੍ਰਾਂਡ ਦੇ ਵਿੱਚ 100% ਵਾਸ਼ਰ ਡਰਾਇਰ ਮਿਲਦਾ। ਪੈਸੇ ਦੀ ਜੇ ਗੱਲ ਕਰੀਏ ਸਰ, ਜਿੱਦਾਂ ਹਾਇਰ ਦਾ ਵਾਸ਼ਰ ਡਰਾਇਰ ਹੈ 85,000 ਰੁਪਏ ਰੇਟ ਹੈ, ਆਫਰ ਪ੍ਰਾਈਸ 68,000 ਰੁਪਏ ਸੀਗਾ ਜੀ। ਜੇ ਤੁਸੀਂ ਸਾਡੇ ਤੋਂ ਹੁਣ ਬਾਏ ਕਰਦੇ ਹੋ ਇਹ 64,000 ਰੁਪਏ ਦਾ ਅਸੀਂ ਦੇਣਾ ਜੀ। 4,000 ਦਾ ਹੋਰ ਬੈਨੀਫਿਟ, ਪਰ ਸਰਦੀਆਂ 'ਚ ਕਿੰਨੇ ਦਾ ਹੋ ਜਾਵੇਗਾ? ਸਰਦੀਆਂ ਦੇ ਵਿੱਚ 68 ਦਾ ਰਹਿਣਾ, ਔਰ ਇਹਦੇ ਨਾਲ ਅਸੀਂ ਇੱਕ ਸਕਾਈਲਾਈਨ ਕੰਪਨੀ ਦਾ 3,000 ਦਾ ਜੂਸਰ ਫ੍ਰੀ ਦੇਣਾ ਆ, 20% ਤੱਕ ਦਾ ਕ੍ਰੈਡਿਟ ਕਾਰਡ ਦੇ ਉੱਤੇ ਕੈਸ਼ਬੈਕ ਵੀ ਅਸੀਂ ਦੇਵਾਂਗੇ। ਠੀਕ ਹੈ ਜੀ। ਤੇ ਕ੍ਰੈਡਿਟ ਕਾਰਡ ਜਿਹਦੇ ਕੋਲ ਨਹੀਂ ਹੈਗਾ ਉਹਦੇ ਵਿੱਚ ਕੋਈ ਹੈਲਪ ਹੋ ਸਕਦੀ ਆ? ਸਰ ਉਹਦੇ ਵਿੱਚ ਫਿਰ ਬਜਾਜ ਫਾਈਨਾਂਸ ਸਾਡੇ ਕੋਲ ਅਵੇਲੇਬਲ ਹੈ, 1 ਰੁਪਇਆ ਦੇ ਕੇ ਜਾਓ, 1994 ਰੁਪਏ ਦੀ ਆਸਾਨ ਕਿਸ਼ਤਾਂ ਦੇ ਉੱਤੇ ਪ੍ਰੋਡਕਟ। ਅੱਛਾ, ਇੱਥੇ ਆਫਰ ਇਹ ਆ ਕਿ ਤੁਸੀਂ 64,000 ਦੀ ਜਿਹੜੀ ਇਹ ਵਾਸ਼ਿੰਗ ਮਸ਼ੀਨ ਆ 1 ਰੁਪਇਆ ਦੇ ਕੇ ਆਸਾਨ ਕਿਸ਼ਤਾਂ ਤੇ ਲੈ ਸਕਦੇ ਹੋ। ਆਸਾਨ ਕਿਸ਼ਤ ਕਿੱਥੋਂ ਸ਼ੁਰੂ ਹੋ ਜਾਂਦੀ ਹੈ? ਸਰ 1994 ਰੁਪਈਏ, ਮਤਲਬ ਅਪਰੋਕਸ 60 ਰੁਪਈਏ ਡੇਲੀ ਦੇ ਹੋ ਗਏ। ਲਿਖਿਆ ਵੀ ਹੋਇਆ 1994 ਰੁਪਏ ਤੁਸੀਂ 1 ਮਹੀਨੇ ਦੇ ਕੇ ਇਹ ਜਿਹੜੀ ਵਾਸ਼ਿੰਗ ਮਸ਼ੀਨ ਆ, ਮਤਲਬ ਪਹਿਲੇ 1 ਰੁਪਇਆ ਦੇਣਾ, ਫਿਰ ਅਗਲੇ ਮਹੀਨੇ ਤੇ 1994 ਰੁਪਏ, ਕਿ ਪਹਿਲੇ ਮਹੀਨੇ 1994? ਸਰ ਪਹਿਲੇ ਮਹੀਨੇ ਤੋਂ 1994 ਪਹਿਲਾਂ 1 ਰੁਪਇਆ ਦੇਣਾ, ਜਿਹੜਾ ਐਡਵਾਂਸ ਡਾਊਨ ਪੇਮੈਂਟ। ਠੀਕ ਹੈ ਜੀ। ਜਦੋਂ ਮਹੀਨਾ ਖਤਮ ਹੋਏ ਨਾਲ 1994 ਸਰ ਜੀ। ਉਸ ਤੋਂ ਇਲਾਵਾ ਕੈਸ਼ਬੈਕ ਔਰ ਵਾਰੰਟੀ ਐਕਸਟੈਂਡ ਕੀਤੀ ਕੰਪਨੀ ਨੇ, 5 ਸਾਲ ਦੀ ਕੰਪਲੀਟ ਵਾਰੰਟੀ ਮਿਲੂਗੀ ਤੁਹਾਨੂੰ ਮਸ਼ੀਨ ਦੀ, ਔਰ ਲਾਈਫ ਟਾਈਮ ਵਾਰੰਟੀ ਅਸੀਂ ਇਹਦੀ ਮੋਟਰ ਦੀ ਦੇਵਾਂਗੇ ਜੀ। ਠੀਕ ਹੈ ਜੀ। ਔਰ ਜੇ ਆਪਾਂ ਹੋਰ ਪ੍ਰੋਡਕਟਸ ਦੀ ਗੱਲ ਕਰੀਏ, ਵਾਸ਼ਿੰਗ ਮਸ਼ੀਨ ਦੀ ਗੱਲ ਕਰੀਏ, ਸੈਮੀ ਆਟੋਮੈਟਿਕ, ਹਰ ਇੱਕ ਫੁੱਲੀ ਆਟੋਮੈਟਿਕ ਮਸ਼ੀਨ ਨਹੀਂ ਲੈ ਸਕਦਾ ਆਪਾਂ। ਹਾਇਰ ਕੰਪਨੀ ਦੀ ਤੁਹਾਨੂੰ 8 ਕਿਲੋ ਦੀ ਜਿਹੜੀ ਸੈਮੀ ਆਟੋਮੈਟਿਕ ਹੈ 13,990 ਰੁਪਏ ਦੀ ਦੇਵਾਂਗੇ ਸਰ। ਤੇ ਇਸ ਵਾਸ਼ਿੰਗ ਮਸ਼ੀਨ ਤੇ ਉਹ ਵਾਸ਼ਿੰਗ ਮਸ਼ੀਨ 'ਚ ਕੀ ਫਰਕ ਕੀ ਹੈ? ਸਰ ਉਹ ਫੁੱਲੀ ਲੋਡਡ ਵਾਸ਼ਿੰਗ ਮਸ਼ੀਨ ਹੈ, ਉਹਦੇ ਵਿੱਚ ਕੱਪੜਾ 100% ਡਰਾਈ ਹੁੰਦਾ ਆ, ਇਹਦੇ ਵਿੱਚ ਸਾਨੂੰ ਮੈਨੂਅਲ ਵਰਕ ਕਰਨਾ ਪੈਂਦਾ ਆ, ਔਰ ਇਹਦੇ ਵਿੱਚ ਵੀ ਸਾਡੇ ਕੋਲ ਕੰਪਲੀਟ ਰੇਂਜ ਹੈ, ਸਾਰੇ ਕਲਰ ਅਵੇਲੇਬਲ ਹੈ, ਬਲੂ ਕਲਰ, ਰੈੱਡ ਕਲਰ। ਕੱਪੜੇ ਚੰਗੀ ਤਰ੍ਹਾਂ ਤੋਂ ਹੋ ਜਾਂਦੇ ਕਿ ਨਹੀਂ? ਸਰ ਕੱਪੜੇ ਤੋਂ ਹੋ ਜਾਂਦੇ, ਔਰ ਇਹਦੇ ਉੱਤੇ ਵੀ ਅਸੀਂ ਸਪੈਸ਼ਲ ਸਕੀਮ ਲਾਈ ਹੋਈ ਹੈ ਜੀ। ਇਹ ਸਿਰਫ ਤੇ ਸਿਰਫ ਮਸ਼ੀਨ ਤੁਹਾਨੂੰ 994 ਰੁਪਏ ਦੀ ਆਸਾਨ ਕਿਸ਼ਤ ਤੇ ਮਿਲੇ। ਤੇ ਇਹਦਾ ਵੈਸੇ ਪ੍ਰਾਈਸ ਕੀ ਹੈ ਜੀ? ਸਰ ਵੈਸੇ ਜਿਹੜੀ ਇਹ ਮਸ਼ੀਨ ਹੈਗੀ ਹੈ 16,500 ਰੁਪਏ ਦੀ ਮਿਲਦੀ ਹੈ, ਅਸੀਂ 13,000 ਤੇ 490 ਦੀ ਦੇਵਾਂਗੇ, ਔਰ ਨਾਲ ਇਹਦੇ ਆਪਾਂ ਇੱਕ ਇਲੈਕਟ੍ਰਿਕ ਕੈਟਲ ਵੀ ਫ੍ਰੀ ਦੇਵਾਂਗੇ ਜੀ। ਹੁਣ 1 ਰੁਪਇਆ ਦੇਣਾ ਤੇ 994 ਰੁਪਏ ਕਿਸ਼ਤ ਦੇਣੀ, ਕਿਸ਼ਤ ਦੇਣੀ ਹੈ 1,000 ਰੁਪਏ ਉਹਦੇ ਨਾਲੋਂ ਘੱਟ ਜਾਣਾ। ਹਾਂਜੀ, 1,000 ਰੁਪਏ ਦੇ ਨਾਲੋਂ ਘੱਟ ਜਾਣੀ ਹੈ ਜੀ। ਜੀ। ਹੋਰ ਇਸ ਤੋਂ ਇਲਾਵਾ ਟੌਪ ਲੋਡਿੰਗ ਦੀ ਵੀ ਕੰਪਲੀਟ ਰੇਂਜ ਹੈ, ਚਾਹੇ ਤੁਹਾਨੂੰ ਹੀਟਰ ਵਾਲੀ ਮਸ਼ੀਨ ਚਾਹੀਦੀ ਹੈ, ਬਿਨਾਂ ਹੀਟਰ ਵਾਲੀ ਚਾਹੀਦੀ ਹੈ, ਇਹਦੇ ਉੱਤੇ ਵੀ ਅਸੀਂ ਬਹੁਤ ਵਧੀਆ ਇੱਕ ਆਫਰ ਲਾਈ ਹੋਈ ਹੈ। ਹਾਇਰ ਕੰਪਨੀ ਦੀ 10.5 ਕਿਲੋ ਦੀ ਮਸ਼ੀਨ ਜਿੱਥੋਂ ਮਰਜ਼ੀ ਤੁਸੀਂ ਪ੍ਰਾਈਸ ਚੈੱਕ ਕਰਕੇ ਆ ਜਾਓ ਜੀ, 10 ਸਾਲ ਦੀ ਵਾਰੰਟੀ ਕੰਪਲੀਟ ਹੈ ਜੀ, ਤੇ 5 ਸਾਲ ਦੀ ਮੋਟਰ ਦੀ ਵਾਰੰਟੀ ਹੈਗੀ ਹੈ। ਇਹ ਆਨਲਾਈਨ 36,000 ਦੀ ਹੈਗੀ ਹੈ, ਮਾਈ ਇਲੈਕਟ੍ਰੋਨਿਕਸ ਦਾ ਪ੍ਰਾਈਸ 33,000 ਹੈ, ਔਰ ਪੀਵੀ ਬੱਤੀ ਲਈ ਸਪੈਸ਼ਲ 29,000 ਤੇ 990 ਰੁਪਏ ਦੀ, ਮਤਲਬ 17,000 ਰੁਪਏ ਦੇ ਆਸ ਪਾਸ ਪੈਸੇ ਘੱਟ ਗਏ ਆ, ਰੁਪਈਏ ਘੱਟ ਗਏ ਆ, ਔਰ ਨਾਲ ਗਿਫਟ ਵੀ ਦੇਣਾ ਇਹਦੇ ਜੂਸਰ 3,000 ਤੇ ਫਿਰ ਆਪਾਂ ਮੋਟਰਸਾਈਕਲ ਐਲੀਜੀਬਲ ਹੋ ਜਾਂਦੇ ਆ। ਹਾਂਜੀ, ਮੋਟਰਸਾਈਕਲ ਲਈ ਵੀ ਲਾਸਟ ਚਾਂਸ ਹੈ ਜੀ। ਠੀਕ ਹੈ ਜੀ। ਤੇ ਇਹਦੇ ਵਿੱਚ ਲਿਖਿਆ ਜੀ ਕਿ ਸਟਰੋਂਗਰ ਮਟੀਰੀਅਲ, ਮਤਲਬ ਕਿਹੜੇ ਸਟਰੋਂਗ ਮਟੀਰੀਅਲ ਨਾਲ ਬਣੀ ਹੋਈ ਹੈ ਜੀ, ਕਿ ਮਸ਼ੀਨ ਦੀ ਗੱਲ ਕਰਦੇ? ਸਰ ਮਸ਼ੀਨ ਦੀ ਡਿਊਰੇਬਿਲਿਟੀ ਦੀ ਗੱਲ ਹੈਗੀ ਹੈ, ਇਹਦੀ ਲਾਈਫ ਦੀ ਗੱਲ ਹੈਗੀ ਹੈ। ਹੁਣ ਕੋਈ ਵੀ ਬ੍ਰਾਂਡ ਤੁਹਾਨੂੰ ਕੰਪਰੀਹੈਂਸਿਵ 5 ਈਅਰਸ ਵਾਰੰਟੀ ਨਹੀਂ ਦਿੰਦਾ, ਹਾਇਰ ਇਕਲੌਤਾ ਬ੍ਰਾਂਡ ਹੈ ਜਿਹੜਾ ਤੁਹਾਨੂੰ 5 ਸਾਲ ਦੀ ਕੰਪਲੀਟ ਵਾਰੰਟੀ ਦਿੰਦਾ ਜੀ ਪ੍ਰੋਡਕਟ ਦੀ। ਠੀਕ ਹੈ ਜੀ। IEC ਸੇਫਟੀ, ਇਹਦਾ ਕੀ ਮਤਲਬ ਹੋਇਆ? ਸਰ IEC ਸੇਫ ਜਿਹੜਾ ਇਹਦੀ ਸੇਫਟੀ ਨੂੰ ਕੰਪਨੀ ਨੇ ਇਨਕਰੀਸ ਕੀਤਾ, ਕਰੰਟ ਨਾ ਲੱਗੇ, ਜੰਗਾਲ ਨਾ ਲੱਗੇ, ਇਲੈਕਟ੍ਰਿਕ ਪ੍ਰੋਡਕਟ ਹੈਗਾ, ਪਾਣੀ ਨਾਲ ਚੱਲਣਾ ਆ, ਉਹਦੇ ਵਿੱਚ ਸਾਰੇ ਪੈਰਾਮੀਟਰਸ ਕੰਪਨੀ ਚੈੱਕ ਕਰਕੇ ਮਾਰਕੀਟ ਦੇ ਵਿੱਚ, ਮਤਲਬ ਜਿਹੜਾ ਤੁਹਾਡਾ ਕਸਟਮਰ ਹੈ ਉਹਦੀ ਸੇਫਟੀ ਤੇ ਪੈਰਾਮੀਟਰਸ ਨੂੰ ਚੈੱਕ ਕੀਤਾ ਜਾਂਦਾ ਸਾਰੇ, ਤਾਂ ਕਿ ਉਹਨਾਂ ਨੂੰ ਬਾਅਦ ਚ ਕੋਈ ਤਕਲੀਫ ਨਾ ਹੋਵੇ। ਕੋਈ ਤਕਲੀਫ ਨਹੀਂ ਪੋਸਟ ਪਰਚੇਸ, ਕੋਈ ਤਕਲੀਫ ਨਾ, ਕੋਈ ਤਕਲੀਫ ਹੋਰ ਪ੍ਰੋਡਕਟ ਕਿਹੜੇ ਸਰ? ਪ੍ਰੀਮੀਅਮ ਸੈਗਮੈਂਟ ਦੇ ਵਿੱਚ ਹਰ ਇੱਕ ਸਾਡੇ ਕੋਲ ਰੈਫਰੀਜਰੇਟਰ, ਜਿਹਦਾ ਦੇ ਕਲਰ ਦੇ ਵਿੱਚ ਤੁਹਾਨੂੰ ਚਾਹੀਦਾ ਹੈ, ਕਸਟਮਰ
ਕਸਟਮਾਈਜ਼ ਕਰਾਣਾ ਕੋਈ ਆ ਨਵਾਂ ਕਲਰ ਹੈ ਨਾ ਤੁਹਾਡੇ? ਹਾਂਜੀ, ਇਹ ਵੋਕ ਸੀਰੀਜ਼ ਹੈਗੀ ਆ, ਇਹ ਵੀ ਸਾਡੇ ਕੋਲ ਡਿਸਪਲੇ ਤੇ ਹੈ, ਔਰ ਕੋਈ ਰੈਫਰੀਜਰੇਟਰ ਮਹਿੰਗੇ ਨਹੀਂ, ਸਿਰਫ 2994 ਰੁਪਏ ਦੀ ਕਿਸ਼ਤ ਦੇ ਉੱਤੇ ਲੈ ਜਾਂਦੇ। ਇਹ ਵੀ 2994 ਮਤਲਬ 1900 ਜਾਂ 2900? ਪਹਿਲਾਂ ਹਜ਼ਾਰ 1994 ਕਹਿ ਕੇ ਹਜ਼ਾਰ ਘਟਾਤਾ, ਹੁਣ ਤੁਸੀਂ 2994 ਤੇ ਆ ਗਏ ਆ। ਠੀਕ ਹੈ ਜੀ, ਮਤਲਬ ਆਪਾਂ ਕਸਟਮਾਈਜ਼ ਵੀ ਕਰਾ ਸਕਦੇ ਹਾਂ? ਕਸਟਮਾਈਜ਼ ਵੀ ਕਰਾ ਸਕਦੇ ਹਾਂ ਆਪਣੇ ਹਿਸਾਬ ਦਾ ਕਲਰ, ਔਰ ਸਭ ਤੋਂ ਵੱਡੀ ਗੱਲ ਹਾਇਰ ਦੇ ਵਿੱਚ ਤੁਹਾਨੂੰ ਰੈਫਰੀਜਰੇਟਰ ਮਿਲ ਜੂਗਾ ਜੀ। ਇਹਦਾ ਸਾਡਾ ਸਪੈਸ਼ਲ ਪ੍ਰਾਈਸ ਜਿਹੜਾ ਸੀ 68,500 ਦਾ ਸੀ ਜੀ। ਇਹ ਤਾਂ ਯਾਰ ਘਟੀ ਜਾਂਦਾ ਪਹਿਲਾਂ ਨਾਲੋਂ। ਮੈਂ ਪਿਛਲੀ ਵੀਡੀਓ 'ਚ ਵੀ ਦੱਸਿਆ ਸੀ ਇਹਦੇ ਨਾਲ ਦਾ ਮੈਂ ਲੈ ਕੇ ਗਿਆ, ਮੈਂ ਉਦੋਂ 80,000 ਦਾ ਲੈ ਕੇ ਗਿਆ, ਹੁਣ ਤੁਸੀਂ ਕਿਵੇਂ ਦਾ 63,990 ਰੁਪਏ ਦਾ ਤੁਹਾਨੂੰ ਰੈਫਰੀਜਰੇਟਰ ਮਿਲ ਜਾਣਾ। ਇਹਦੇ ਉੱਤੇ ਵੀ ਤੁਹਾਨੂੰ ਕੈਸ਼ਬੈਕ ਵੀ ਮਿਲ ਜਾਣਾ, 2994 ਦੀ ਕਿਸ਼ਤ ਵੀ ਮਿਲ ਜਾਣੀ ਹੈ, ਜੂਸਰ ਵੀ ਅਸੀਂ ਇਹਦੇ ਨਾਲ ਤੁਹਾਨੂੰ ਫ੍ਰੀ ਦੇ ਦੇਣਾ। ਰਕਸ਼ਾ ਬੰਧਨ ਸਪੈਸ਼ਲ ਆਫਰ ਤੁਸੀਂ ਲਿਖਿਆ ਹੈ, ਸਪੈਸ਼ਲ ਔਰ ਇਹ 10 ਦਿਨ ਲਈ ਆਫਰ ਹੈ, ਇਹ ਕੋਈ ਆਫਰ ਲੰਬੀ ਨਹੀਂ ਚੱਲਣੀ। ਕੋਈ ਸੋਚੂਗਾ ਇਹ ਸਟਾਕ ਲਾਸਟ ਤੱਕ ਵੀ ਹੈ ਸਰ, ਬਾਅਦ 'ਚ ਤੁਹਾਨੂੰ ਕੋਈ ਕੰਪਲੇਂਟ ਕਰੇ, ਅਸੀਂ ਤਾਂ ਗਏ ਸੀ ਸਾਨੂੰ ਰੇਟ ਨਹੀਂ ਮਿਲਿਆ, ਜਦ ਤੱਕ ਮੇਰੇ ਕੋਲ ਸਟਾਕ ਪਿਆ, ਕਿਉਂਕਿ ਨਵੇਂ ਪ੍ਰਾਈਜ਼ ਇਨਕਰੀਜ਼ ਹੋ ਗਏ ਆ, ਜਦ ਤੱਕ ਸਟਾਕ ਪਿਆ ਅਸੀਂ ਦੇਵਾਂਗੇ। ਤੇ ਫਿਰ ਹੋ ਸਕਦਾ ਕਿ 10 ਦਿਨਾਂ ਬਾਅਦ ਇਹ ਫਿਰ ਤੋਂ 68,550 ਦਾ ਹੋ ਜਾਵੇ? ਸਰ ਸਟਾਕ ਨਹੀਂ ਰਿਹਾ ਤਾਂ ਇਹ ਆਟੋਮੈਟਿਕਲੀ ਪ੍ਰਾਈਸ ਇਨਕਰੀਜ਼। ਇੱਕ ਵਾਰੀ ਆਪਾਂ ਆਹ ਗੱਲ ਜ਼ਰੂਰ ਕਰਨੀ ਹੈ ਜੀ, ਆਪਾਂ ਛੱਡ ਚੱਲੇ ਸੀ ਵਿੱਚ, ਇਹ ਤੁਸੀਂ ਜਿਹੜੇ ਕਹਿੰਦੇ ਹੋ ਕਿ ਕਸਟਮਾਈਜ਼ ਕਰਵਾ ਸਕਦੇ ਜੀ ਸਰ, ਕਸਟਮਾਈਜ਼ ਕਿੰਨੇ ਦਿਨਾਂ ਵਿੱਚ ਹੋ ਜਾਏਗੀ? ਸਰ ਸੇਮ ਤੁਹਾਨੂੰ ਵਿਦਇਨ 2 ਡੇਜ਼ ਅਸੀਂ ਡਿਲੀਵਰੀ ਦੇ ਦਾਂਗੇ। ਇਹਦੇ ਵਿੱਚ ਇਹ ਕਲਰ ਆਪਸ਼ਨ ਅਵੇਲੇਬਲ ਹੈ। ਅੱਛਾ, ਕਲਰ ਆਪਸ਼ਨ ਹੈਗੀ ਆ? ਇਹ ਕਸਟਮਾਈਜ਼ੇਸ਼ਨ ਆਪਾਂ ਗਲਾਸ ਦੀ ਕਰ ਸਕਦੇ ਆ, ਜੇ ਤੁਸੀਂ ਸਟੀਲ ਮਾਡਲ ਲੈਣੇ, ਇਹਦੇ ਉੱਤੇ ਕੋਈ ਵੀ ਪ੍ਰਿੰਟਿੰਗ ਸ਼ੀਟ ਆਪਾਂ ਕੰਪਨੀ ਤੋਂ ਮੰਗਾ ਕੇ ਦੇ ਸਕਦੇ ਵਿਦਇਨ 1 ਵੀਕ। ਠੀਕ ਹੈ ਜੀ, ਠੀਕ ਹੈ। ਹੋਰ ਪ੍ਰੋਡਕਟ ਕਿਹੜੇ ਕਿਹੜੇ ਜੀ ਆਪਾਂ ਦਿਖਾ ਦਈਏ, ਕਿਉਂਕਿ ਤੁਸੀਂ ਬਹੁਤ ਨਵੀਂ ਰੇਂਜ ਲੈ ਕੇ ਆਏ ਹੋ, ਹਾਇਰ ਦੀ ਤਾਂ ਨਵੀਂ ਰੇਂਜ ਆਉਂਦੀ ਰਹਿੰਦੀ ਆ ਜੀ। ਸਰ ਉਸ ਤੋਂ ਬਾਅਦ ਕਿਚਨ ਅਪਲਾਈਸਿਸ ਦੇ ਵਿੱਚ ਵੀ ਮੇਰੇ ਕੋਲ ਸਾਰੀ ਰੇਂਜ ਅਵੇਲੇਬਲ ਹੈ। ਮੋਸ਼ਨ ਕੰਟਰੋਲ ਵਾਲੀ ਚਿਮਨੀ ਜਿਹੜੀ 16,500 ਰੁਪਏ ਦੀ ਸੀਗੀ, ਡਿਸਕਾਊਂਟ ਕਰਕੇ ਉਹ ਅਸੀਂ 16,000 ਦੀ ਕਰਤੀ, ਔਰ ਇਹਦੇ ਨਾਲ 3,000 ਦਾ ਅਸੀਂ ਜੂਸਰ ਵੀ ਫ੍ਰੀ ਕਰਤਾ ਆ। ਹਾਇਰ ਕੰਪਨੀ ਦੀ ਮੋਸ਼ਨ ਕੰਟਰੋਲ ਦੀ ਫਿਲਟਰਲੈਸ ਚਿਮਨੀ ਆ, ਇਹਦੇ ਵਿੱਚ ਚਾਹੇ ਤੁਹਾਨੂੰ ਕੁੱਕਟੋਪ ਚਾਹੀਦੇ ਆ, ਔਰ ਇਹ ਵੀ ਈਜ਼ੀ EMI ਦੇ ਉੱਤੇ ਆ ਜੀ। ਠੀਕ ਹੈ ਜੀ, ਇੱਧਰ ਮੈਂ ਇੱਕ ਨੰਬਰ ਪੜ੍ਹ ਰਿਹਾ, ਕੋਈ ਸਰਟੀਫਿਕੇਟ ਮਿਲਿਆ ਇਹਨਾਂ ਨੂੰ ਜੀ? ਹਾਂਜੀ, ਹਾਇਰ ਨੂੰ ਸਰ ਵਰਲਡ ਨੰਬਰ 1 ਦਾ ਸਰਟੀਫਿਕੇਟ ਚੱਲਦਾ। ਵਰਲਡ ਨੰਬਰ 1? ਵਰਲਡ ਨੰਬਰ 1 ਹੈ, ਇੰਡੀਆ ਨੰਬਰ 1 ਨਹੀਂ। ਤੁਸੀਂ ਗੂਗਲ ਵੀ ਕਰ ਸਕਦੇ ਹੋ, ਵੀਡੀਓ ਚਲਦੀ ਚਲਦੀ ਜੇ ਵਿੱਚ ਤੁਸੀਂ ਸਿਰਫ ਗੂਗਲ ਤੇ ਕਰਨਾ ਆ, ਬੈਸਟ ਕੰਜ਼ਿਊਮਰ ਡਿਊਰੇਬਲ ਹੋਮ ਅਪਲਾਈਸਿਸ ਬ੍ਰਾਂਡ ਦਾ ਸਭ ਤੋਂ ਉੱਪਰ ਹਾਇਰ ਆਊਗਾ, ਯੂਰੋ ਮੋਨੀਟਰ ਕਰਦਾ, ਔਰ ਕੰਜ਼ੀਕਿਊਟਿਵ 20 ਇਅਰਸ ਤੋਂ ਹਾਇਰ ਨੰਬਰ 1 ਚੱਲਦਾ, ਬੈਕ ਟੂ ਬੈਕ ਚੱਲ ਰਿਹਾ, ਬੈਕ ਟੂ ਬੈਕ ਚੱਲ ਰਿਹਾ ਜੀ। ਠੀਕ ਹੈ ਜੀ, ਆਪਾਂ ਹੋਰ ਪ੍ਰੋਡਕਟ ਦਿਖਾ ਦਈਏ, ਕਿਉਂਕਿ ਵੀਡੀਓ ਇਸ ਵਾਰ ਆਪਾਂ ਲੈਂਥੀ ਨਹੀਂ ਕਰਨੀ, ਪ੍ਰੋਡਕਟ ਤੇ ਪ੍ਰੋਡਕਟ ਦਿਖਾਈ ਜਾਣਾ। ਪ੍ਰੋਡਕਟ ਮਾਈਕ੍ਰੋਵੇਵ ਦੀ ਗੱਲ ਕਰਾਂ ਸਰ, ਮਾਈਕ੍ਰੋਵੇਵ ਤੁਹਾਨੂੰ ਜਿਹੜਾ 7,000 ਰੁਪਏ ਵਾਲਾ ਸੀਗਾ, ਆਪਾਂ ਤੁਹਾਨੂੰ 6,000 ਰੁਪਏ ਦੇ ਵਿੱਚ ਦੇ ਦੇਣਾ, ਇਹਦੇ ਨਾਲ ਵੀ ਅਸੀਂ ਤੁਹਾਨੂੰ ਕੈਟਲ ਦੇ ਦੇਣੀ ਹੈ ਜੀ, ਇਹਦੇ ਨਾਲ ਵੀ ਕੈਟਲ ਦੇ ਦੇਣੀ, ਲੱਕੀ ਡਰਾ ਦਾ ਕੂਪਨ ਵੀ ਦੇ ਦੇਣਾ। ਸਰਦੀਆਂ ਦਾ ਜ਼ਿਆਦਾ ਖਿਆਲ ਕਰ ਰਹੇ ਹੋ? ਸਰਦੀਆਂ ਦਾ ਤਾਂ ਖਿਆਲ ਕਰ ਰਹੇ ਹਾਂ, ਗੀਜ਼ਰ ਵੀ ਹੈ ਸਾਡੇ ਕੋਲ, ਏਅਰ ਫਰਾਇਰ ਵੀ ਅਵੇਲੇਬਲ ਆ ਹਾਇਰ ਦੇ। ਇਹਦਾ ਕੀ ਕੰਮ ਹੁੰਦਾ ਸਮਝਾ ਦੀ ਜਿਹਨੂੰ ਨਹੀਂ ਪਤਾ? ਸਰ ਇਹ ਹੈਲਦੀ ਕੁਕਿੰਗ ਲਈ ਹੈ ਬੇਸਿਕਲੀ, ਆਇਲ ਫਰੀ ਫੂਡ ਹੈ, ਇਹਦੇ ਵਿੱਚ ਆਇਲ ਟੱਚ ਵੀ ਨਹੀਂ ਕਰਨਾ ਪੈਂਦਾ। ਅਸੀਂ ਜਿਹੜੇ ਸਨੈਕਸ ਡੀਪ ਫਰਾਈ ਕਰਦੇ ਹਾਂ, ਫਰੋਜ਼ਨ ਡੀਪ ਫਰਾਈ ਕਰਦੇ ਹਾਂ, ਚਿਕਨ ਬਣਾਉਣੇ ਰੋਸਟ ਕਰਦੇ ਹਾਂ, ਸਾਨੂੰ 0% ਆਇਲ ਦੇ ਵਿੱਚ ਸਿੱਧਾ ਤੁਸੀਂ ਇਹਦੇ ਵਿੱਚ ਪ੍ਰੋਡਕਟ ਰੱਖਣਾ, ਉੱਪਰੋਂ ਟੈਂਪਰੇਚਰ ਸੈੱਟ ਕਰਨਾ, ਤੁਹਾਡਾ ਪ੍ਰੋਡਕਟ ਕੋਕੋ ਕੇ ਆਊਗਾ। ਇਹਨੂੰ ਖੋਲ ਕੇ ਦਿਖਾ ਦੂੰਗੇ ਇੱਕ ਵਾਰੀ ਤੁਸੀਂ? ਜ਼ਰੂਰ ਸਰ, ਕਿਉਂਕਿ ਜਿਹੜੇ NRI ਭਰਾ ਭੈਣ ਆ ਉਹ ਦੇਖ ਸਕਦੇ, ਕਿਉਂਕਿ ਕਈ ਵੇਲੇ ਉਹ ਕਹਿੰਦੇ ਕਿ ਆਪਾਂ ਬਿਲਕੁਲ ਆਇਲ ਨਹੀਂ ਖਾਣਾ, ਤੇਲ ਤਾਂ ਮਨਾ ਕਰਨ ਵਾਲਾ ਆ, ਇਹ ਨਾਰਮਲ ਆ, ਇਹਦੇ ਵਿੱਚ ਸੀਪੂ ਗਲਾਸ ਹੈ, ਆਪਾਂ ਕੁਕਿੰਗ ਵੀ ਦੇਖ ਸਕਦੇ ਕਿੱਦਾਂ ਹੋ ਰਿਹਾ। ਤੇ ਇਹਦਾ ਪ੍ਰਾਈਸ ਕਿੰਨਾ ਹੈ ਜੀ? ਸਰ ਇਹ 5,000 ਰੁਪਏ ਤੋਂ ਸਾਡੇ ਤੋਂ ਸ਼ੁਰੂ ਹੋ ਜਾਂਦਾ ਜਿਹੜਾ ਪ੍ਰੋਡਕਟ ਹੈਗਾ ਜੀ, ਔਰ ਇਹਦੇ ਵਿੱਚ ਬਹੁਤ ਮਾਡਲ ਆ ਸਾਡੇ। ਤੇ ਇੱਥੇ ਹੁਣ ਡਿਸਕਾਊਂਟ ਕਿੰਨਾ ਚੱਲ ਰਿਹਾ ਜੀ? ਸਰ ਇਹ 8,000 ਰੁਪਏ ਦਾ ਅਸੀਂ 5,000 ਦੇ ਵਿੱਚ ਦੇ ਰਹੇ ਹਾਂ। ਇਦਾਂ ਦੱਸੋ ਨਾ 8 ਵਾਲਾ 5 'ਚ ਕਰ ਦਿੱਤਾ, ਔਰ ਇਹ ਤੁਸੀਂ ਸਿੱਧਾ ਹੀ 5 ਕਹੋਗੇ, ਅਸੀਂ ਫਿਰ ਘਟਾਵਾਂਗੇ। ਚਲੋ ਬਾਜੇ, ਗੱਲ ਹੀ ਹੈਲਥ ਦੀ ਹੋਣ ਲੱਗ ਪਈ ਕਿ ਆਇਲ ਫਰੀ ਖਾਣਾ ਖਾਣਾ, ਤਾਂ 5,000 ਕੋਈ ਵੱਡੀ ਪੇਮੈਂਟ ਤਾਂ ਨਹੀਂ ਹੈ ਜੀ। ਆਓ ਜੀ,
ਸਰ ਏਸੀਆਂ ਦੀ ਵੀ ਆਪਾਂ ਰੀਸਟਾਕ ਕਰ ਲਿਆ ਆ ਨਵੇਂ ਰੇਟਾਂ ਤੇ, ਪਰ ਰੇਟ ਨਹੀਂ ਵਧਾਏ। ਹਾਇਰ ਦਾ ਏਸੀ ਲਾਸਟ 1.5 ਟਨ 3-star ਵਾਲਾ ਹੈਵੀ ਡਿਊਟੀ ਜਿਹੜਾ ਸਾਡੇ ਸ਼ੋਰੂਮ ਤੇ 41,000 ਦਾ ਸੀ, ਅਸੀਂ ਤੈਨੂੰ 36,000 ਤੇ 990 ਰੁਪਏ ਦੇ ਵਿੱਚ ਦੇ ਦੇਣਾ। ਅੱਛਾ, ਤੁਸੀਂ ਰਕਸ਼ਾ ਬੰਧਨ ਆਫਰ ਲਿਖਿਆ, ਮੰਨ ਲਓ ਕਿਸੇ ਭਰਾ ਨੇ ਆਪਣੀ ਭੈਣ ਨੂੰ ਗਿਫਟ ਕਰਨਾ, ਮਨ ਚ ਆ ਗਿਆ ਕਿ ਯਾਰ ਭੈਣ ਨੂੰ ਏਸੀ ਦੇਣਾ, ਤਾਂ ਫਿਰ ਕੁਛ ਹੋਰ ਘੱਟ ਸਕਦਾ? ਸਰ ਇਹ ਵਾਲਾ ਮਾਡਲ ਇੰਡਕਸ਼ਨ ਕੁੱਕਰ ਦੇ ਰਹੇ ਹਾਂ, 36,490 ਕਰ ਦੂੰਗਾ। ਚਲੋ 500 ਰੁਪਇਆ ਘਟਾ ਦਿੱਤਾ, ਘਟਾ ਦਿੱਤਾ। ਲਓ ਜੀ, ਵੀਰ ਨੇ ਸਾਡੀ ਗੱਲ ਮੰਨ ਲਈ, ਕਹਿੰਦੇ ਕਿ ਤੁਸੀਂ ਆਪਣੀ ਸਿਸਟਰ ਨੂੰ ਏਸੀ ਦੇਣਾ, ਤਾਂ 500 ਰੁਪਇਆ ਹੋਰ ਘਟਾ ਤਾ ਤੇ ਨਾਲ ਕੀ ਦੇਣਾ ਤੁਸੀਂ ਗਿਫਟ? ਇੰਡਕਸ਼ਨ ਕੁੱਕਰ ਪੇ ਦੇ ਨਾਲ 3,000 ਰੁਪਏ ਦਾ ਫ੍ਰੀ ਦੇਣਾ ਜੀ। ਚਲੋ ਉਹ ਨਾਲ ਫ੍ਰੀ ਦੇ ਦੇਣਾ, 500 ਰੁਪਇਆ ਘਟ ਗਿਆ। ਇੱਧਰ ਆਪਾਂ LEDs ਦੇਖ ਲਈਏ ਜਿਹਨਾਂ 'ਚ ਸਾਡੀ ਤਸਵੀਰ ਆ ਰਹੀ ਹੈ ਜੀ। LED ਦੇ ਵਿੱਚ ਵੀ ਸਾਡੇ ਕੋਲ ਸਾਰੇ ਸਾਈਜ਼ ਅਵੇਲੇਬਲ ਹੈ, QLED, OLED, 75 ਇੰਚਸ ਤੱਕ ਅਵੇਲੇਬਲ ਹੈ, ਔਰ ਸੂਨ ਸਾਡੇ ਕੋਲ 85 ਇੰਚਸ, ਪੂਰੇ ਨਵੇਂ ਸ਼ਹਿਰ ਕੀ ਪੂਰੇ ਪੰਜਾਬ 'ਚ ਨਹੀਂ ਹੈਗਾ, 85 ਇੰਚਸ ਵੀ ਡਿਸਪਲੇ ਹੋਗਾ ਹਾਇਰ ਦਾ ਜੀ। ਅੱਛਾ, ਇੱਕ ਚੀਜ਼ ਮੈਨੂੰ ਦਿਖਾਈਓ, ਥੋੜ੍ਹਾ ਮੈਂ ਸਮਝਣਾ ਚਾਹੁੰਦਾ, ਜਿਵੇਂ ਆਹ LED ਦਾ ਸਾਈਜ਼ ਥੋੜ੍ਹਾ ਜੀ ਛੋਟਾ ਹੈ, ਜਿਹੜੀ ਥੱਲੇ ਪਈ ਆ ਉਹਦੀ, ਇਹਦੀ ਕਿਸ਼ਤ 1994 ਦੀ 2994 ਆ ਸਰ ਮਾਡਲ ਇਹ ਆ? ਨਹੀਂ, ਦੋਨੋਂ 65 ਇੰਚਸ ਆ ਸਰ, ਮਾਡਲ ਟੂ ਮਾਡਲ ਵੈਰੀ ਕਰਦਾ ਜੀ। ਔਰ ਸਭ ਤੋਂ ਵੱਡੀ ਗੱਲ ਮੈਂ ਅਨਾਊਂਸ ਕਰ ਰਿਹਾ ਹਾਂ, 65 ਇੰਚਸ ਦਾ ਪੈਨਲ ਆਪਾਂ ਤੁਹਾਨੂੰ 65,000 ਦੇ ਵਿੱਚ ਦੇ ਦਾਂਗੇ, ਹੈਂਡ ਫਰੀ ਵੋਇਸ ਕਮਾਂਡ ਵਾਲਾ। ਹੈਂਡ ਫਰੀ ਵੋਇਸ ਕਮਾਂਡ? ਹੈਂਡ ਫਰੀ ਵੋਇਸ ਕਮਾਂਡ, ਗੂਗਲ TV ਲੇਟੈਸਟ ਮਾਡਲ, ਔਰ ਸਪੈਸ਼ਲ ਰਕਸ਼ਾ ਬੰਧਨ ਲਈ ਸਕੀਮ ਆਈ ਹੋਈ ਹੈ। ਜੇ ਤੁਸੀਂ 2994 ਦੀ ਕਿਸ਼ਤਾਂ ਕਰਾਉਂਦੇ ਆ, ਇੱਕ ਕਿਸ਼ਤ ਅਸੀਂ ਤੁਹਾਡੀ ਭਰਾਂਗੇ। ਲਓ ਜੀ, ਕਮਾਲ ਹੋ ਗਿਆ। ਉੱਦਾਂ ਟੋਟਲ ਕਿੰਨੀਆਂ ਕਿਸ਼ਤਾਂ ਬਣਨੀਆਂ ਫਿਰ? ਸਰ ਜੋ ਤੁਹਾਡੀ 65,000 ਦੀ ਇਕੁਅਲ ਅਮਾਊਂਟ ਹੈ, ਆਪਾਂ 3,000 ਨਾਲ ਡਿਵਾਈਡ ਕਰਾਂਗੇ, ਜੋ ਤੁਹਾਡੀ ਕਿਸ਼ਤਾਂ ਬਣਦੀ ਹੈ ਉਹ 'ਚੋਂ ਇੱਕ ਕਿਸ਼ਤ ਤੁਹਾਡੀ ਅਸੀਂ ਦੇ ਦਿੰਦੇ। ਇੱਕ ਕਿਸ਼ਤ ਵੀ ਮਾਫ਼ ਹੋ ਜੂਗੀ, ਸਮਝ ਲਓ ਜੀ। ਇੱਕ ਕਿਸ਼ਤ ਵੀ ਸਾਡੀ 1 EMI ਬੈਕ ਚੱਲਦੀ ਪਈ ਹੈ, LG ਦੇ ਪ੍ਰੋਡਕਟਸ ਤੇ ਵੀ, ਉਹ ਵੀ ਮੈਂ ਤੁਹਾਨੂੰ ਦਿਖਾਊਂਗਾ ਜੀ। ਅੱਛਾ, ਬਹੁਤ ਸਾਰੇ ਵੀਰਾਂ ਭੈਣਾਂ ਦਾ ਸੁਪਨਾ ਹੁੰਦਾ ਕਿ ਘਰ 'ਚ ਐਡਾ ਵੱਡਾ ਇੱਕ ਤਰ੍ਹਾਂ ਦਾ ਹੋਮ ਥੀਏਟਰ ਹੀ ਆ ਹੈ ਨਾ, ਔਰ ਇੱਥੇ ਨੈੱਟਫਲਿਕਸ ਦਾ ਪੈਕ ਪਾਇਆ ਹੋਵੇ ਤੇ ਮਜ਼ੇ ਨਾਲ ਤੁਸੀਂ ਫਿਲਮਾਂ ਦੇਖੋ, ਤੁਹਾਨੂੰ ਜਿੰਨਾ ਕੁ ਇੱਥੇ ਥੀਏਟਰ 'ਚ ਜਾ ਕੇ ਮਜ਼ਾ ਆਉਂਦਾ ਉਨਾ ਕੁ ਇੱਥੇ ਆ ਜਾ ਕਰਨਾ। ਔਰ ਕੁਆਲਿਟੀ ਬੜੀ ਅੱਛੀ ਯਾਰ, ਬਹੁਤ ਸ਼ਾਨਦਾਰ ਕੁਆਲਿਟੀ ਆ। ਰੈਫਰੀਜਰੇਟਰ ਦੇ ਉੱਤੇ ਵੀ ਸਾਡੇ ਕੋਲ ਡਬਲ ਡੋਰ ਰੈਫਰੀਜਰੇਟਰ ਦੇ ਉੱਤੇ ਵੀ ਸਕੀਮ ਚੱਲਦੀ ਪਈ ਹੈ, ਡਬਲ ਡੋਰ ਰੈਫਰੀਜਰੇਟਰ ਹਾਇਰ ਕੰਪਨੀ ਦਾ। ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲੇ ਸੀ ਇਹਦਾ ਵੀ, ਜਿਹੜਾ 26,990 ਰੁਪਏ ਵਾਲਾ ਆ, ਅਸੀਂ ਤੁਹਾਨੂੰ 23,990 ਰੁਪਏ ਦੇ ਵਿੱਚ ਦੇ ਦੇਣਾ ਸਰ। ਇਹਦੇ ਨਾਲ ਵੀ ਇਲੈਕਟ੍ਰਿਕ ਕੈਟਲ ਵੀ ਫ੍ਰੀ ਦੇਣੀ ਅਸੀਂ ਤੁਹਾਨੂੰ। ਇਲੈਕਟ੍ਰਿਕ ਕੈਟਲ ਹੈ ਜੀ, ਇਲੈਕਟ੍ਰਿਕ ਕੈਟਲ ਵੀ ਅਸੀਂ ਇਹਦੇ ਨਾਲ ਫ੍ਰੀ ਦੇਣੀ ਹੈ ਜੀ। ਤੇ ਇੱਧਰ ਵੀ ਤੁਸੀਂ ਕਲਰ ਕਸਟਮਾਈਜ਼ ਕਰ ਦਿੰਦੇ ਹੋ ਕਿ ਨਹੀਂ? ਕਲਰ ਦੇ ਵਿੱਚ ਇਸਦੇ ਵਿੱਚ ਕਸਟਮਾਈਜੇਸ਼ਨ ਨਹੀਂ ਹੈਗੀ ਸਰ, ਇਹਦੇ ਵਿੱਚ ਕਲਰ ਆਪਸ਼ਨਸ ਮਿਲ ਜਾਣਗੀਆਂ ਤੁਹਾਨੂੰ। ਗਲਾਸ ਡੋਰ ਚਾਹੀਦਾ, ਫਲਾਰ ਪੈਟਰਨ ਚਾਹੀਦਾ, ਰੈੱਡ ਕਲਰ ਚਾਹੀਦਾ, ਹਰ ਇੱਕ ਕਲਰ ਸਾਡੇ ਕੋਲ ਅਵੇਲੇਬਲ ਹੈ 700 ਲੀਟਰ ਤੱਕ। ਤੇ ਫਿਰ ਰਕਸ਼ਾ ਬੰਧਨ ਤੇ ਇੱਥੇ ਕੀ ਆਫਰ ਹੈ ਜੀ? ਸਰ ਇਹਦੇ ਉੱਤੇ ਇਲੈਕਟ੍ਰਿਕ ਕੈਟਲ ਦੇ ਰਹੇ ਹਾਂ ਜੀ, ਇਹਦੇ ਉੱਤੇ ਈਜ਼ੀ EMI ਦੇ ਰਹੇ ਹਾਂ, ਲੱਕੀ ਡਰਾ ਦਾ ਕੂਪਨ ਜਿਹੜਾ ਅਸੀਂ ਐਕਸਟੈਂਡ ਕਰਤਾ ਆ, ਔਰ ਇੱਕ ਮੈਂ ਧਮਾਕਾ ਪਾਉਣ ਲੱਗਾ ਹਾਂ, ਜਿਹੜੇ ਕਸਟਮਰ ਟੌਪ 10 ਸ਼ੇਅਰਰਸ ਆਣਗੇ ਸਰ, ਤੁਸੀਂ ਸਾਨੂੰ ਲਿਸਟ ਦੇ ਦਿਓ, ਅਸੀਂ ਉਹਨਾਂ ਨੂੰ ਗਿਫਟ ਦੇ ਦਾਂਗੇ। ਮਨ ਚਾਹੇ ਗਿਫਟ ਦੂੰਗੇ ਕਿ ਆਪਣੇ ਮਨ ਦਾ ਗਿਫਟ ਦੂੰਗੇ? ਸਰ ਗਿਫਟ ਅਸੀਂ ਪ੍ਰੀ ਡਿਸਾਈਡਿਡ ਕੀਤੇ ਹੋਏ ਆ, ਟੌਪ 10 ਜਿਹੜੇ PB32 ਦੇ ਸ਼ੇਅਰਰਸ ਹੋਗੇ ਉਹਨਾਂ ਦੇ ਘਰੇ ਅਸੀਂ ਗਿਫਟ ਕੋਰੀਅਰ ਕਰ ਦਾਂਗੇ, ਕੋਈ ਪ੍ਰੋਡਕਟ ਨਹੀਂ ਇੱਥੇ ਆ ਕੇ ਲੈ ਜੂਗੇ, ਕਿਹੜੀ ਗੱਲ ਹੈ, ਇੱਥੇ ਆ ਜਾਣਾ, ਕੋਈ ਬਾਹਰੋਂ ਵੀ ਹੋਊਗਾ, ਅਸੀਂ ਪ੍ਰੋਡਕਟ ਘਰੇ ਭੇਜ ਦਾਂਗੇ, ਉਹਨਾਂ ਦੇ ਪ੍ਰੋਡਕਟ ਖਰੀਦਣ ਦੀ ਲੋੜ ਨਹੀਂ। ਟੌਪ 10 ਸ਼ੇਅਰਰਸ ਨੂੰ ਮਤਲਬ ਅੱਜ ਦੀ ਜਿਹੜੀ ਵੀਡੀਓ ਆ, ਜਿਹੜੇ ਸਭ ਤੋਂ ਵੱਧ ਸ਼ੇਅਰ ਕਰਨਗੇ ਜੀ 10 ਜਾਣੇ, ਉਹਨਾਂ ਨੂੰ ਤੁਸੀਂ ਕੋਈ ਗਿਫਟ ਸਿਲੈਕਟ ਕੀਤਾ ਉਹ ਦੇ ਦੋਗੇ? ਹਾਂ, ਤੁਸੀਂ ਸਟੋਰੀ ਪਾ ਦਿਓ, ਆਪਾਂ ਟੌਪ 10 ਸ਼ੇਅਰਸ ਨੂੰ ਗਿਫਟ ਦੇ ਦਾਂਗੇ, ਐਡਰੈਸ ਦੇ ਦਿਓ। ਗੱਲ ਡਨ ਹੋ ਗਈ ਜੀ, ਤੁਸੀਂ ਨਹੀਂ ਵੀ ਆ ਸਕਦੇ ਤਾਂ ਕਹਿੰਦੇ ਅਸੀਂ ਕੋਰੀਅਰ ਕਰਾ ਦਾਂਗੇ, ਉਹਦੇ ਵੀ ਕੋਈ ਚਾਰਜਸ ਨਹੀਂ ਆ ਜੀ। ਉਸ ਤੋਂ ਬਾਅਦ ਮੈਂ ਤੁਹਾਨੂੰ LG ਦੇ ਵਾਲੇ ਪਾਸੇ ਪੂਰੀ ਕੰਪਲੀਟ ਰੇਂਜ ਦਿਖਾਣਾ ਹੈ। ਆ ਗਏ ਜੀ ਆਪਾਂ LG ਦੇ ਸੈਕਸ਼ਨ 'ਚ ਜੀ। ਚੇਤਨ ਜੀ, LG ਦੇ ਵਿੱਚ ਵੀ ਸਾਡੇ ਕੋਲ ਕੰਪਲੀਟ ਰੇਂਜ ਸਰ ਅਵੇਲੇਬਲ ਹੈ, ਜਿੱਦਾਂ ਕਿ ਫਰੋਸਟ ਫ੍ਰੀ ਰੈਫਰੀਜਰੇਟਰਸ ਦੇ ਵਿੱਚ ਵੀ ਸਾਰੀ ਰੇਂਜ ਹੈਗੀ ਹੈ, ਸਿੰਗਲ ਡੋਰ ਸਾਡੇ ਰੈਫਰੀਜਰੇਟਰ ਉੱਪਰ ਲੱਗੇ ਹੋਏ ਆ, ਸਟਨਿੰਗ ਤੇ ਸਟਾਈਲਿਸ਼ ਹੈ। ਹਾਂ, ਇਹ ਪ੍ਰੋਪਰ ਤੁਹਾਨੂੰ ਸਟਨਿੰਗ ਸਟਾਈਲਿਸ਼, ਔਰ LG ਦੇ ਉੱਤੇ ਵੀ ਸਕੀਮ ਚੱਲਦੀ ਪਈ ਹੈ ਇੰਡੀਪੈਂਡੈਂਸ ਡੇ ਦੀ ਸਪੈਸ਼ਲ, ਇਹਦੇ ਉੱਤੇ ਵੀ ਤੁਸੀਂ 1999 ਰੁਪਏ ਦੀ ਕਿਸ਼ਤ ਦੇਣੀ ਹੈ, ਔਰ ਇਹਦੀ LED ਲੈਣੀ 5 ਰੁਪਏ ਵਧੇ ਆ। ਹਾਂਜੀ, 5 ਰੁਪਏ ਵਧੇ ਆ,
ਐਲ ਜੀ ਦੀ ਐਲ ਈ ਡੀ ਉੱਤੇ ਵੀ ਅਸੀਂ 1 EMI ਬੈਕ ਦੇਵਾਂਗੇ, ਐਲ ਜੀ ਦੀ ਫਰੰਟ ਲੋਡ ਵਾਸ਼ਿੰਗ ਮਸ਼ੀਨ ਲਓਗੇ ਉਹਦੇ ਉੱਤੇ ਵੀ ਅਸੀਂ 1 ਕਿਸ਼ਤ ਤੁਹਾਨੂੰ ਵਾਪਸ ਦੇਵਾਂਗੇ ਜੀ। ਦੇਖੋ ਹਾਇਰ ਤੁਸੀਂ ਜਿਵੇਂ ਕਿਹਾ ਕਿ ਨੰਬਰ 1 ਬ੍ਰਾਂਡ ਹੈ ਸੈਲਿੰਗ ਦੇ ਵਿੱਚ ਜੀ, ਪਰ ਐਲ ਜੀ ਦਾ ਵੀ ਟੈਕਨੋਲੋਜੀ ਦਾ ਕੋਈ ਮੁਕਾਬਲਾ ਨਹੀਂ ਹੈਗਾ ਸਰ। ਐਲ ਜੀ ਦਾ ਵੀ ਟੈਕਨੋਲੋਜੀ ਦਾ ਮੁਕਾਬਲਾ ਕੋਈ ਨਹੀਂ, ਐਲ ਜੀ ਇੰਡੀਆ ਦੇ ਵਿੱਚ ਨੰਬਰ 1 ਦੇ ਉੱਤੇ ਰੈਂਕ ਕਰਦਾ ਪਿਆ, ਹਾਇਰ ਗਲੋਬਲੀ ਨੰਬਰ 1 ਹੈ ਰੈਂਕ ਕਰਦਾ ਪਿਆ। ਆ ਲਾਈਕ ਦਾ ਕੀ ਫੰਡਾ ਵੀ ਸਮਝਾ ਦੋ ਸਰ। ਕੋਈ ਕਸਟਮਰ ਸਾਡਾ ਫੇਸਬੁੱਕ ਪੇਜ ਤੇ ਇੰਸਟਾਗ੍ਰਾਮ ਪੇਜ ਨੂੰ ਲਾਈਕ ਕਰਕੇ ਆਉਂਦਾ, ਸਬਸਕ੍ਰਾਈਬ ਕਰਕੇ ਆਉਂਦਾ, ਮਾਈ ਇਲੈਕਟ੍ਰੋਨਿਕ ਦੀ ਗੱਲ, ਮਾਈ ਇਲੈਕਟ੍ਰੋਨਿਕਸ ਦਾ, ਉਹਨੂੰ ਅਸੀਂ ਇੱਕ ਐਡੀਸ਼ਨਲ ਗਿਫਟ ਆਫਰ ਕਰਦੇ ਹਾਂ ਜੀ। ਔਰ ਐਲ ਜੀ ਦੀ ਮੈਂ ਪਹਿਲੀ ਵਾਰੀ ਤੁਹਾਨੂੰ ਕੰਪਲੀਟ ਰੇਂਜ ਦਿਖਾ ਰਿਹਾ, ਮੈਂ ਕੁਛ ਕਹਿਣਾ ਨਹੀਂ ਚਾਹੁੰਦਾ, ਤੁਸੀਂ ਪੂਰਾ ਨਵਾਂ ਸ਼ਹਿਰ ਡਿਸਟ੍ਰਿਕਟ ਘੁੰਮ ਕੇ ਆ ਜਾਓ, ਤੁਹਾਨੂੰ ਕਦੇ ਵੀ 10 ਸਾਈਡ ਬਾਈ ਸਾਈਡ ਐਲ ਜੀ ਦੇ ਇੱਕ ਸ਼ੋਰੂਮ ਦੇ ਉੱਤੇ ਕਲਰ ਤੇ ਆਪਸ਼ਨ ਨਹੀਂ ਮਿਲਣਗੀਆਂ ਜੀ। ਇਹ 'ਚ ਵੀ ਕਸਟਮਾਈਜ਼ ਹੋ ਜਾਂਦਾ ਮੇਰੇ ਖਿਆਲ ਨਾਲ। ਹਾਂਜੀ, ਇਹਦੇ ਵਿੱਚ ਮੂਡ ਅਪ ਰੈਫਰੀਜਰੇਟਰ ਆਉਂਦਾ ਸਰ, ਇਹ ਵਾਲਾ ਰੈਫਰੀਜਰੇਟਰ ਹੈਗਾ ਜੀ, ਮੂਡ ਅਪ ਕਹਿੰਦੇ, ਤੁਸੀਂ ਮੋਬਾਈਲ ਦੇ ਨਾਲ ਕੋਈ ਵੀ ਕਲਰ ਡੋਰ ਦਾ ਸੈੱਟ ਕਰ ਸਕਦੇ ਹੋ, ਕਲਰ ਚੇਂਜ ਹੁੰਦਾ ਰਹਿੰਦਾ, ਜੋ ਮਰਜ਼ੀ ਕਲਰ ਆਪਣੇ ਹਿਸਾਬ ਦਾ, 1 ਮਿਲੀਅਨ ਕਲਰ ਆਪਣੇ ਹਿਸਾਬ ਨਾਲ ਸੈੱਟ ਕਰ ਸਕਦੇ ਡੋਰਸ ਦੇ। ਤਾਂ ਹੀ ਫਿਰ ਕਹਿੰਦੇ ਐਲ ਜੀ ਦਾ ਕੋਈ ਮੁਕਾਬਲਾ ਨਹੀਂ, ਲਾਈਫ ਇਜ਼ ਗੁੱਡ। ਇਹ ਵੀ ਤੁਹਾਨੂੰ ਇੱਥੇ ਅਵੇਲੇਬਲ ਮਿਲ ਜੂਗਾ ਆਪਣੇ, ਹਾਂਜੀ ਆਉਣ ਵਾਲਾ ਥੋੜੇ ਦਿਨਾਂ ਦੇ ਵਿੱਚ ਤੁਹਾਨੂੰ ਇੱਥੇ ਡਿਸਪਲੇ ਤੇ ਮਿਲੂਗਾ, ਹਲੇ ਲਾਂਚ ਕੀਤਾ ਆ। ਇਹ ਐਲ ਜੀ ਦੀ ਨਵੀਂ ਸੀਰੀਜ਼ ਆਈ ਹੈ, ਬਿਲਕੁਲ ਨਵੀਂ ਹੈ ਸਰ। ਕਿਤੇ ਵੀ ਤੁਹਾਨੂੰ ਗਲਾਸ ਡੋਰ ਦੇ ਵਿੱਚ ਚੈੱਕ ਮੇਡ ਸੀਰੀਜ਼ ਨਹੀਂ ਮਿਲਣੀ, ਚੈੱਕ ਕਿੰਗ ਤੇ ਚੈੱਕ ਮੇਡ ਸੀਰੀਜ਼। ਇਹ ਜਿਵੇਂ ਚੈੱਕ ਸ਼ਰਟ ਹੁੰਦੀ ਉਦਾਂ ਹੈ ਨਾ। ਹਾਂ, ਇਹ ਚੈੱਕ ਕਿੰਗ ਹੈ ਸਰ, ਇਹ ਚੈੱਕ ਮੇਡ ਆ। ਦੋਨੋਂ ਮਾਡਲ ਪੂਰੇ ਨਵੇਂ ਸ਼ਹਿਰ ਚ ਡਿਸਪਲੇ ਚ ਨਹੀਂ, ਮਾਈ ਇਲੈਕਟ੍ਰੋਨਿਕਸ ਤੇ ਹੈਗੇ ਆ। ਕੀ ਬਾਤ ਹੈ ਜੀ, ਚੈੱਕ ਮੇਡ ਤੇ ਕਿਹੜੀ ਦੂਜੀ, ਇਹ ਕਿਹੜੀ ਹੈ? ਚੈੱਕ ਕਿੰਗ ਸਰ, ਦੋਨੋਂ ਡਿਸਪਲੇ ਤੇ ਆਏ। ਦੇਖੋ, ਚੈੱਕ ਨਾਈਟ, ਚੈੱਕ ਮੇਡ ਦੋਨੋਂ ਸਾਡੇ ਕੋਲ ਡਿਸਪਲੇ। ਇਹ ਚੈੱਕ ਨਾਈਟ ਹੈ, ਇਹ ਚੈੱਕ ਮੇਟ ਹੈ, ਇਹ ਚੈੱਕ ਮੇਟ ਹੈ, ਇਹ ਵੀ ਸਾਡੇ ਕੋਲ ਅਵੇਲੇਬਲ ਹੈ। ਐਲ ਜੀ ਦੀ ਫਰੰਟ ਲੋਡ ਦੀ ਜੇ ਗੱਲ ਕਰਾਂ, ਜਿਹਦਾ ਮੇਨ ਸੀਜ਼ਨ ਹੈ, ਉਹ ਵੀ ਸਾਡੇ ਕੋਲ ਵੱਡੀ ਤੋਂ ਵੱਡੀ ਕਪੈਸਿਟੀ ਇੱਥੇ ਲਾਈਵ ਡਿਸਪਲੇ ਦੇ। 15 ਕਿਲੋ ਦੀ ਮਸ਼ੀਨ ਹੈ, ਜਿਹੜੇ NRI ਸਾਡੇ ਵੀਰ ਭੈਣ ਆਉਂਦੇ ਉਹ ਕਹਿੰਦੇ ਸਾਨੂੰ ਵੱਡੀ ਮਸ਼ੀਨ ਚਾਹੀਦੀ ਹੈ, ਉਹ ਵੀ ਸਾਡੇ ਕੋਲ ਹੈ, ਵਾਸ਼ਰ ਡਰਾਇਰ ਵੀ ਸਾਡੇ ਕੋਲ ਹੈ, ਔਰ ਇਹਦੇ ਉੱਤੇ ਕੈਸ਼ ਬੈਕ ਕ੍ਰੈਡਿਟ ਕਾਰਡ ਤੇ 12,000 ਰੁਪਏ ਦਾ ਇੰਸਟੈਂਟ ਡਿਸਕਾਊਂਟ ਹੈ ਸਰ। ਤੇ ਇਹਦੀ ਕੀਮਤ ਕਿੰਨੀ ਹੈ ਜੀ? ਸਰ, ਇਹ ਵਾਲਾ ਮਾਡਲ ਜਿਹੜਾ ਤੁਹਾਨੂੰ 77,000 ਦਾ ਹੈ, ਅਸੀਂ ਤੁਹਾਨੂੰ ਡਿਸਕਾਊਂਟ ਕਰਕੇ ਜਿਹੜਾ ਮਾਡਲ ਹੈ ਇਹ 69,000 ਦਾ ਦੇਵਾਂਗੇ ਜੀ। ਅੱਛਾ, 77 ਨੂੰ ਡਿਸਕਾਊਂਟ ਕਰਕੇ 69 ਦਾ, 8,000 ਰੁਪਏ ਘੱਟ ਗਿਆ। ਹਾਂਜੀ, ਔਰ ਇਹਦੇ ਉੱਤੇ 12,000 ਦਾ ਕ੍ਰੈਡਿਟ ਕਾਰਡ ਦਾ ਕੈਸ਼ ਬੈਕ ਵੀ ਦੇਵਾਂਗੇ ਸਰ। ਅੱਛਾ, ਮਤਲਬ ਤਕਰੀਬਨ 20,000 ਦਾ ਫਾਇਦਾ ਹੋ ਜਾਣਾ, 20,000 ਦਾ ਮੋਟਾ ਮੋਟਾ ਫਾਇਦਾ ਹੋ ਜਾਊਗਾ। ਇਸ ਤੋਂ ਇਲਾਵਾ ਇਹ ਵੀ ਡਾਇਰੈਕਟ ਡਰਾਈਵ ਹੈ? ਹਾਂਜੀ, ਸਾਰੇ ਮਾਡਲ ਐਲ ਜੀ ਦੇ ਡਾਇਰੈਕਟ ਡਰਾਈਵ ਦੇ ਵਿੱਚ ਆਉਂਦੇ ਆ ਜੀ, AI ਦੇ ਵਿੱਚ ਜੀ। ਠੀਕ ਹੈ ਜੀ, ਤੇ ਜਿਹੜੇ ਸਾਡੇ NRI ਵੀਰ ਹੁੰਦੇ ਉਹਨਾਂ ਜ਼ਿਆਦਾਤਰ ਡਿਮਾਂਡ ਇਹੀ ਹੁੰਦੀ ਹੈ, ਇਹ ਵਾਲੀ ਵਾਸ਼ਿੰਗ ਮਸ਼ੀਨ ਹੀ, ਇਹੀ ਵਾਸ਼ਿੰਗ ਮਸ਼ੀਨ ਫਰੰਟ ਲੋਡ ਦੀ ਹੁੰਦੀ ਹੈ, ਉਹਦੇ ਵਿੱਚ ਵੀ ਕੰਪਲੀਟ ਰੇਂਜ ਮਾਈ ਇਲੈਕਟ੍ਰੋਨਿਕਸ ਤੇ ਲੱਗੀ ਹੋਈ ਹੈ ਸਰ। ਠੀਕ ਹੈ ਜੀ, ਸਾਰੀ ਰੇਂਜ ਆਪਣੇ ਕੋਲ ਹੈਗੀ ਹੈ, ਜਿੰਨੇ ਵੀ ਕੈਟਲੌਗ ਤੇ ਅਵੇਲੇਬਲ ਹੈ ਨੈਟ ਤੇ ਉਹ ਸਾਰੀ ਇੱਥੇ ਆਪਣੇ ਕੋਲ, ਸਾਰੇ ਇੱਥੇ ਅਵੇਲੇਬਲ ਹੈ ਜੀ। ਉਸ ਤੋਂ ਬਾਅਦ ਮੋਬਾਈਲ ਫੋਨਸ ਦੀ ਜੇ ਗੱਲ ਕਰੀਏ, ਤੁਸੀਂ ਆਈਫੋਨ, ਮਤਲਬ ਛੱਡਣਾ ਕੁਝ ਨਹੀਂ ਆਪਾਂ, ਕੁਝ ਨਹੀਂ ਛੱਡਣਾ ਸਰ, ਸਾਰਿਆਂ ਨੂੰ ਕੁਝ ਨਾ ਕੁਝ ਦੇ ਕੇ ਭੇਜਣਾ, ਰੱਖੜੀ ਆ ਰਹੀ ਹੈ, ਆਈਫੋਨ ਤੁਸੀਂ ਇਲੈਕਟ੍ਰੋਨਿਕਸ ਇਹ ਆਪਣੀ ਭੈਣਾਂ ਨੂੰ ਬੰਦਿਆਂ ਨੇ ਜੀ ਗਿਫਟ ਦੇਣਾ ਭਰਾਵਾਂ ਨੇ, ਆਈਫੋਨ ਤੇ ਅਸੀਂ 24 ਕਿਸ਼ਤਾਂ ਕਰਕੇ ਦੇਵਾਂਗੇ, 0 ਡਾਊਨ ਪੇਮੈਂਟ ਤੇ, 1 ਰੁਪਿਆ ਵੀ ਨਹੀਂ ਲੈਣਾ, 1 ਰੁਪਿਆ ਨਹੀਂ, 0 ਡਾਊਨ ਪੇਮੈਂਟ ਤੇ 24 ਕਿਸ਼ਤਾਂ ਤੁਹਾਨੂੰ ਆਸਾਨ ਕਿਸ਼ਤਾਂ ਕਰਕੇ ਦੇਵਾਂਗੇ ਆਈਫੋਨ ਤੇ। ਠੀਕ ਹੈ ਜੀ, ਜੇ ਭਰਾਵਾਂ ਨੇ ਆਪਣੀ ਭੈਣਾਂ ਨੂੰ ਗਿਫਟ ਦੇਣਾ ਇਸ ਰੱਖਿਆ ਬੰਧਨ ਫੋਨ ਤੁਸੀਂ ਸੋਚਿਆ ਤਾਂ ਤੁਸੀਂ ਫੋਨ ਦੇ ਦਿਓ। ਬਹੁਤ ਭੈਣਾਂ ਦੀ ਚੋਇਸ ਆਹ ਵਾਲਾ ਫੋਨ ਹੁੰਦਾ, ਆਪਾਂ ਜੇ ਰੈਂਡਮਲੀ ਗੱਲ ਕਰ ਲਈਏ ਇਹ ਕਿੰਨੇ ਕੁ ਦਾ ਪੈ ਜੂਗਾ ਜੀ? ਕਿ ਆਪਾਂ ਇੱਥੇ 0 ਡਾਊਨ ਪੇਮੈਂਟ ਮਿਲ ਜੂਗੀ ਸਰ। ਇਹਦੇ ਵਿੱਚ ਆਈਫੋਨ 13 ਤੋਂ ਲੈ ਕੇ 15 ਪ੍ਰੋ ਮੈਕਸ ਤੱਕ, 15 ਪ੍ਰੋ ਮੈਕਸ ਤੱਕ ਵੀ ਸਾਰੇ ਮਾਡਲ ਸਾਡੇ ਕੋਲ ਅਵੇਲੇਬਲ ਹੈ। ਪਰ ਇਹਦੇ ਵਿੱਚ ਸੂਰੀ ਸਾਹਿਬ ਸਿੱਬਲ ਹੋਣਾ ਚਾਹੀਦਾ, ਕਸਟਮਰ ਦਾ ਐਲੀਜੀਬਿਲਿਟੀ ਹੋਈ ਅਸੀਂ ਪ੍ਰੋਡਕਟ ਦੇਵਾਂਗੇ, ਸਿੱਬਲ ਸਹੀ ਹੋਣਾ ਚਾਹੀਦਾ। ਸਾਰੇ ਆਪਾਂ ਜਿਹੜੀ ਇਹ ਫਲੈਕਸੀ ਸਕੀਮ ਹੈ ਇਹ ਬਜਾਜ ਫਾਈਨਾਂਸ ਦੇ ਉੱਤੇ ਸਾਡੇ ਕੋਲ ਅਵੇਲੇਬਲ ਹੈ। ਚਾਹੇ ਤੁਸੀਂ ਸਾਡੇ ਕੋਲ JBL ਦੇ ਸਪੀਕਰ ਲੈ ਲਓ, JBL ਦੀ ਸਾਊਂਡ ਬਾਰ ਲੈ ਲਓ, LG ਦੀ LED ਦੇ ਅਨਬੀਟੇਬਲ ਪ੍ਰਾਈਜ਼ ਸਾਡੇ ਕੋਲ ਅਵੇਲੇਬਲ ਹੈ। 43 ਇੰਚ ਤੋਂ ਲੈ ਕੇ 75 ਇੰਚ ਤੱਕ ਪ੍ਰਾਈਜ਼ ਮੈਂ ਨਹੀਂ ਦੱਸ ਸਕਦਾ ਵੀਡੀਓ ਦੇ ਵਿੱਚ। ਕੁਆਲਿਟੀ ਵੀ ਸ਼ਾਨਦਾਰ ਹੈ ਨਾ, ਕੁਆਲਿਟੀ
ਫੀਚਰ ਹਰ ਇੱਕ ਚੀਜ਼ ਤੁਹਾਨੂੰ ਐਲ ਜੀ ਦੀ ਵੀ ਮਾਈ ਇਲੈਕਟ੍ਰੋਨਿਕਸ ਦੇ ਸ਼ੋਰੂਮ 'ਤੇ ਮਿਲੂਗੀ ਸਰ। ਮਤਲਬ ਤੁਸੀਂ ਕਿਹਾ ਕਿ ਜਿਹੜੇ ਜਿਹਨਾਂ ਦੇ ਪ੍ਰੋਡਕਟਸ ਦੇ ਪ੍ਰਾਈਸ ਡਿਸਕਲੋਜ਼ ਨਹੀਂ ਕਰ ਸਕਦੇ, ਪਰ ਜੇ ਕੰਪੈਰੀਜ਼ਨ ਕਰਨਾ ਹੋਵੇ ਸ਼ਹਿਰ ਨਾਲ ਕੰਪੈਰੀਜ਼ਨ ਕਰਕੇ ਆ ਸਕਦੇ ਸਰ? ਜਿੱਥੋਂ ਮਰਜ਼ੀ ਕੰਪੇਅਰ ਕਰਕੇ ਆਓ, ਮੇਰਾ ਪ੍ਰਾਈਸ ਘੱਟ ਹੋਊਗਾ, 110% ਮੇਰੀ ਸ਼ੋਰਿਟੀ ਹੈ, ਸਾਡਾ ਰੇਟ ਨਹੀਂ ਜ਼ਿਆਦਾ ਹੋਊਗਾ, ਔਰ ਘੱਟ ਪ੍ਰਾਈਸ ਦੇ ਨਾਲ ਅਸੀਂ ਗਿਫਟ ਵੀ ਦੇਵਾਂਗੇ। ਇਹ ਨਹੀਂ ਕਿ ਪ੍ਰਾਈਸ ਘਟਾਤਾ ਤਾਂ ਗਿਫਟ ਨਹੀਂ ਦੇਣਾ। ਮੋਟਰਸਾਈਕਲ ਲਈ ਐਲੀਜੀਬਲ ਵੀ ਹੋ ਜਾਂਦੇ ਹਾਂ? ਮੋਟਰਸਾਈਕਲ ਲਈ ਵੀ ਲਾਸਟ ਚਾਂਸ ਹੈ, 10 ਦਿਨ ਹੈ ਜੀ। ਠੀਕ ਹੈ ਜੀ, ਅੱਗੇ ਕਿਹੜਾ ਪ੍ਰੋਡਕਟ ਦਿਖਾਉਣਾ ਜੀ? ਸਰ ਹੁਣ ਮੈਂ ਤੁਹਾਨੂੰ ਫਰਨੀਚਰ ਸੈਕਸ਼ਨ 'ਤੇ ਲੈ ਕੇ ਜਾਣਾ, ਫਰਨੀਚਰ ਦੇ ਵਿੱਚ ਬਹੁਤ ਵਧੀਆ ਅਤੇ ਨਵੀਂ ਰੇਂਜ ਲੈ ਕੇ ਆਏ ਜੀ। ਸਾਥੀਓ, ਘੁੰਮਦੇ ਘੁਮਾਉਂਦੇ ਹੁਣ ਅਸੀਂ ਫਰਨੀਚਰ ਵਾਲੇ ਸੈਕਸ਼ਨ ਵਿੱਚ ਪਹੁੰਚ ਗਏ ਹਾਂ। ਤੁਸੀਂ ਨਵੇਂ ਸ਼ਹਿਰ ਵਿੱਚ ਸਮਾਰਟ ਫੋਨ, ਸਮਾਰਟ ਐਲਈਡੀ ਤਾਂ ਦੇਖੀ ਹੈ, ਲੇਕਿਨ ਇਹ ਸਮਾਰਟ ਬੈੱਡ ਆ ਕਹਿੰਦੇ। ਆਹ ਤੁਸੀਂ ਦੇਖੋ ਕਿ ਆਹ ਬੈੱਡ ਦੇ ਨਾਲ ਹੀ ਅਟੈਚ ਆ, ਜਿੱਥੇ ਕੈਮਰਾ ਸਮਝ ਲਓ ਜੀ ਉੱਥੇ ਐਲਈਡੀ ਲੱਗੀ ਆ, ਤਾਂ ਤੁਸੀਂ ਆਰਾਮ ਨਾਲ ਜਦੋਂ ਆਪਣੇ ਕਮਰੇ 'ਚ ਵਿੱਚ ਬਹਿ ਕੇ ਨੈੱਟਫਲਿਕਸ 'ਤੇ ਫਿਲਮ ਦੇਖ ਰਹੇ ਹਾਂ, ਇੱਥੇ ਤੁਸੀਂ ਕੋਕ ਰੱਖ ਸਕਦੇ ਹਾਂ, ਕੋਲਡ ਡਰਿੰਕ ਰੱਖ ਸਕਦੇ ਹਾਂ, ਪੋਪਕੋਰਨ ਰੱਖ ਸਕਦੇ ਹਾਂ, ਸਪੀਕਰ ਵੀ ਲੱਗੇ, ਇੱਧਰ ਵੀ ਬਹੁਤ ਸਾਰੇ ਬੋਕਸਿਸ ਨੇ। ਪੂਰੀ ਜਾਣਕਾਰੀ ਚੇਤਨ ਜੀ ਤੋਂ ਲੈਣੀ ਜੀ, ਜਿੱਦਾਂ ਹੀ ਸਮਝਾ ਦਿਓ ਇਹਨੂੰ। ਸਰ ਨਵੇਂ ਸ਼ਹਿਰ 'ਚ ਪਹਿਲੀ ਵਾਰੀ ਇਹ ਸਮਾਰਟ ਬੈੱਡ ਆਇਆ, ਇਹਦੇ ਵਿੱਚ ਅਲੱਗ ਤੋਂ ਲੇਟਣ ਲਈ ਇੱਕ ਰਿਕਲਾਈਨਰ ਦਿੱਤਾ ਹੋਇਆ ਫਰੰਟ ਦੇ ਉੱਤੇ ਜੀ, ਬਲੂਟੁੱਥ ਸਪੀਕਰ ਵਿੱਚ ਅਟੈਚ ਹੈ ਦੋ ਜੀ, ਇਹ ਵਰਕਿੰਗ ਟੇਬਲ ਹੈ, ਇਹ ਕਲੋਜ਼ ਹੋ ਜਾਂਦੀ ਹੈ ਜੇ ਕਲੋਜ਼ ਕਰਨੀ, ਇਹਦੇ ਉੱਤੇ ਲੈਪਟਾਪ ਰੱਖ ਕੇ ਖੋਲ ਕੇ ਦਿਖਾ ਦਿਓ, ਕੈਮਰੇ ਦਿਖਾ ਦੇ ਕਿ ਸਪੇਸ ਕਿੰਨੀ ਹੈ। ਇਹ ਥੱਲੇ ਸਟੋਰੇਜ ਹੈਗੀ ਹੈ, ਇਹਦੇ ਵਿੱਚ ਅਸੀਂ ਕੁਝ ਵੀ ਸਟੋਰ ਕਰ ਸਕਦੇ ਹਾਂ, ਲੈਪਟਾਪ ਦਾ ਕੰਮ ਕਰਨਾ, ਇਹ ਤੁਹਾਨੂੰ ਐਲਈਡੀ ਲਾਈਟ ਨਾਲ ਦਿੱਤੀ ਹੋਈ ਹੈ। ਠੀਕ ਹੈ ਜੀ, ਮਤਲਬ ਤੁਸੀਂ ਫਿਰ ਇੱਦਾਂ ਬਹਿ ਕੇ ਲੈਪਟਾਪ ਵੀ ਚਲਾ ਸਕਦੇ ਹੋ। ਜੇ ਸਾਨੂੰ ਅਲੱਗ ਤੋਂ ਸੀਟ ਚਾਹੀਦੀ ਹੈ, ਸੀਟ ਇਹਦੇ ਵਿੱਚ ਅਲੱਗ ਤੋਂ ਫਿਕਸ ਦਿੱਤੀ ਹੋਈ ਹੈ, ਆਪਾਂ ਸੇਟੀ ਵੀ ਯੂਜ਼ ਕਰ ਸਕਦੇ ਹਾਂ। ਫਰੰਟ ਦੇ ਵਿੱਚ ਵੀ ਸਟੋਰੇਜ ਹੈ, ਸਾਹਮਣੇ ਵੀ ਬੁੱਕ ਸ਼ੈਲਫ ਦੇ ਵਿੱਚ ਸਟੋਰੇਜ ਹੈ। ਅੱਛਾ, ਬੁੱਕ ਸ਼ੈਲਫ ਹੈ ਉਹ? ਹਾਂਜੀ, ਉਹਦੇ ਵਿੱਚ ਵੀ ਸਟੋਰੇਜ ਹੈਗੀ, ਪੜ੍ਹਨ ਦੇ ਸ਼ੌਕੀਨ, ਹਾਂ ਕੋਈ ਆਪਣੀ ਚੀਜ਼ ਰੱਖਣੀ ਹੈ ਉਹ ਵੀ ਤੁਸੀਂ ਵਿੱਚ ਰੱਖ ਸਕਦੇ ਹਾਂ। ਇਸ ਪਾਸੇ ਵੀ ਪ੍ਰੋਪਰ ਸਟੋਰੇਜ ਦਿੱਤੀ ਹੈ, ਥੱਲੇ ਵੀ ਬੋਕਸਿਸ ਦਿੱਤੇ ਹੋਏ ਆ। ਚਾਰਜਿੰਗ ਪੁਆਇੰਟ? ਚਾਰਜਿੰਗ ਪੁਆਇੰਟ ਸਰ ਇਹਦੇ ਵਿੱਚ ਆਪਾਂ ਇਹ USB ਤੋਂ ਇਧਰੋਂ ਚਾਰਜ ਕਰ ਸਕਦੇ ਹਾਂ, ਸਾਡੇ ਕੋਲ USB ਹੈ, ਪੈਨ ਡਰਾਈਵ ਲਾ ਸਕਦੇ ਹਾਂ ਇਹਦੇ ਵਿੱਚ, ਮੈਮਰੀ ਕਾਰਡ ਲਾ ਸਕਦੇ ਹਾਂ, ਹਰ ਇੱਕ ਆਪਸ਼ਨ ਇਹਦੇ ਵਿੱਚ ਦਿੱਤੀ ਹੋਈ ਹੈ ਜੀ। ਜੀ, ਤੇ ਆਹ ਸੈਟ ਹੀ ਇੱਥੇ ਤੁਸੀਂ ਬਹਿ ਕੇ ਵੀ ਦੇਖ ਸਕਦੇ ਹੋ, ਇਹ ਵੀ ਓਪਨੇਬਲ ਹੈ ਸਰ, ਇਹਦੇ ਵਿੱਚ ਵੀ ਸਮਾਨ ਰੱਖ ਸਕਦੇ ਹਾਂ। ਅੱਛਾ, ਦਿਖਾਓ ਤਾਂ ਓਪਨ ਕਰਕੇ। ਓਕੇ, ਇਹਦੇ ਵਿੱਚ ਵੀ ਅਸੀਂ ਪ੍ਰੋਪਰ ਸਮਾਨ ਰੱਖ ਸਕਦੇ ਹਾਂ ਜੀ, ਇਹਦੇ ਸਾਈਡ ਤੇ ਵੀ ਪ੍ਰੋਪਰ ਬੋਕਸਿਸ ਦਿੱਤੇ ਹੋਏ ਆ, ਮਤਲਬ ਇਦਾਂ ਦੀ ਚੀਜ਼ ਪੂਰੇ ਨਵੇਂ ਸ਼ਹਿਰ 'ਚ ਨਹੀਂ ਹੈ। ਆਨਲਾਈਨ ਦੇਖੀਏ ਤਾਂ 1-1.5 ਦੇ ਆਸ ਪਾਸ ਗੱਲ ਚੱਲ ਜਾਂਦੀ ਹੈ। ਹਾਂ, ਇਹ ਆਨਲਾਈਨ ਆ, 1-1.5 ਦੇ ਨਾਲ ਆ, ਉਹਦੇ ਨੇੜੇ ਤੇੜੇ ਬਹੁਤ ਘੱਟ ਦੇਵਾਂਗੇ ਉਹਦੇ ਨਾਲੋਂ। ਚਲੋ, ਉਮੀਦ ਕਰਦੇ ਹਾਂ ਜਿਹੜੇ ਫਿਰ ਭੈਣ ਭਰਾ ਇੱਥੇ ਆਉਣਗੇ ਉਹਨਾਂ ਨੂੰ ਪ੍ਰਾਈਜ਼ ਦੱਸੋਗੇ? ਹਾਂ, ਉਹਨਾਂ ਨੂੰ ਦੇਵਾਂਗੇ ਜੀ, ਔਰ ਇਹ ਪੂਰੇ ਨਵੇਂ ਸ਼ਹਿਰ 'ਚ ਕਿਤੇ ਨਹੀਂ ਮਿਲਣਾ ਤੁਹਾਨੂੰ। ਹਾਂ, ਫਿਲਹਾਲ ਤਾਂ ਨਹੀਂ ਦੇਖਿਆ ਕਿਤੇ ਵੀ, ਇਸ ਤੋਂ ਬਾਅਦ ਆ ਜਾਵੇ ਤਾਂ ਕਹਿ ਨਹੀਂ ਸਕਦੇ। ਉਹ ਆ ਜਾਵੇ ਸਰ, ਕੁਛ ਕਹਿ ਨਹੀਂ ਸਕਦੇ ਜੀ। ਹੁਣ ਆਹ ਸੋਫੇ ਜਿਹੜੇ ਮੇਰੇ ਫੇਵਰੇਟ ਹੈ, ਇਹ ਮੇਰੀ ਤੁਹਾਡੇ ਨਾਲ ਵੀ ਡੀਲ ਚੱਲਦੀ ਹੈ, ਮੈਂ ਘਰ ਲੈ ਕੇ ਜਾਣੇ ਆ ਇਹ, ਇਹ ਆਪਾਂ ਪਰਿਵਾਰਕ ਮੈਂਬਰਾਂ ਨੂੰ ਵੀ ਦੱਸ ਦਈਏ। ਸਰ ਇਹ ਸਪੈਸ਼ਲ ਰਾਇਲ ਫਿਨਿਸ਼ ਦੇ ਵਿੱਚ ਹੈ, ਇਹ ਕੋਈ ਦਿੱਲੀ ਵਾਲਾ ਮਟੀਰੀਅਲ ਨਹੀਂ ਜਿਹੜਾ ਰੈਡੀਮੇਡ ਆ ਜਾਂਦੇ ਆ, ਇਹ 100% ਜਿਹੜਾ ਹੈ ਸ਼ੀਸ਼ਮ ਦੇ ਵਿੱਚ ਤਿਆਰ ਕੀਤੇ। ਫਾਈਬਰ ਨਾਲ ਤਿਆਰ ਕਰਨੇ ਦੇ ਉਹ ਚੀਜ਼ ਦਾ ਨਹੀਂ? ਉਹ ਨਹੀਂ ਸਰ, 100% ਲੱਕੜ ਹੋਊਗੀ, ਸ਼ੀਸ਼ਮ ਦੇ ਵਿੱਚ ਰੈਡੀ ਹੈ, ਹੈਂਡ ਕ੍ਰਾਫਟਡ ਹੈ, PU ਪੋਲਿਸ਼ ਦੇ ਵਿੱਚ ਹੈ, ਔਰ HR ਦੀ 40 ਡੈਂਸਿਟੀ ਦੀ ਫੋਮ ਹੈ, 10 ਸਾਲ ਦੀ ਮਾਈ ਇਲੈਕਟ੍ਰੋਨਿਕਸ ਦੀ ਗਰੰਟੀ ਆ। 10 ਸਾਲ 'ਚ ਜੇ ਕੁਛ ਹੋ ਗਿਆ ਤੁਸੀਂ ਇੱਥੇ ਬੈਠੇ? ਹਾਂ, ਫੋਮ ਨੂੰ ਕੁਛ ਵੀ ਗੱਦੀ ਨੂੰ ਹੋ ਜੇ ਅਸੀਂ ਬੈਠੇ ਹਾਂ। ਚੱਕ ਥੱਲ ਕਰਨ 'ਚ ਤਾਂ ਨਹੀਂ ਕੋਈ ਟੁੱਟਦਾ ਕੋਈ? ਸਰ ਕੁਛ ਨਹੀਂ ਹੁੰਦਾ ਜੀ, ਔਰ ਇਹਦੀ 10 ਸਾਲ ਦੀ HR ਦੀ 40 ਡੈਂਸਿਟੀ ਦੀ ਫੋਮ ਹੈ। ਜਦੋਂ ਬੈਠੋ ਇੱਥੇ ਦੇਖੀਏ, ਤੇ ਕੈਮਰਾਮੈਨ ਸਾਹਿਬ ਦਿਖਾਓ, ਮੰਤਰੀ ਵਾਲੀ ਫੀਲਿੰਗ ਆਉਂਦੀ ਕਿ ਨਹੀਂ ਆਉਂਦੀ? ਮੰਤਰੀਆਂ ਦੇ ਘਰਾਂ ਵਿੱਚ ਇੱਦਾਂ ਦੇ ਸੋਫੇ ਲੱਗੇ ਹੁੰਦੇ ਆ, ਜਿੰਨੇ ਮੰਤਰੀ ਹੋ ਗਏ, ਲੀਡਰ ਹੋ ਗਏ, ਜਾਂ ਕਾਰਪੋਰੇਟ ਹੋ ਗਏ। ਆ ਮੈਂ ਕੱਲ੍ਹ ਦੇਖ ਰਿਹਾ ਸੀ ਕਿ ਲੀਡਰਾਂ ਦੀ ਫੋਟੋ, ਚਾਹ ਪੀਂਦੇ ਸੀ, ਚਾਹ ਦੀ ਪਿਆਲੀ ਕਹਿੰਦੇ ਸਾਂਝੀ ਕਰ ਰਹੇ ਆ, ਪਰ ਲੋਕ ਸਭਾ ਦੇ ਸੈਸ਼ਨ ਤੋਂ ਬਾਅਦ ਉਹਦੇ ਪਿੱਛੇ ਇੱਦਾਂ ਦੇ ਸੋਫੇ ਹੀ ਸੀਗੇ। ਸਰ ਉਹੀ ਹੈ, ਪ੍ਰੀਮੀਅਮ ਸੋਫੇ ਵੀ ਅਵੇਲੇਬਲ ਹੈ, ਟੇਬਲ ਨਾਲ ਹੈ ਜੀ। ਹਾਂਜੀ, ਟੇਬਲ ਨਾਲ ਦੇਵਾਂਗੇ, ਔਰ PV 32 ਦੇ ਦਰਸ਼ਕਾਂ ਨੂੰ ਇੱਕ ਚੀਜ਼ ਕਹਿਣਾ ਚਾਹੁੰਦਾ ਹਾਂ ਕਿ ਪ੍ਰਾਈਸ ਦੇ ਵਿੱਚ ਕੰਪਰੋਮਾਈਜ਼ ਨਾ ਕਰਿਓ, ਕਿਉਂਕਿ ਅਸੀਂ ਜਿਹੜੀ ਕੁਆਲਿਟੀ ਦੇ ਰਹੇ ਹਾਂ, ਮਾਰਕੀਟ ਦੇ ਵਿੱਚ ਮੇ ਬੀ ਕਾਪੀ ਡਿਜ਼ਾਈਨ ਮਿਲ ਜਾਣ, ਬਟ ਕੁਆਲਿਟੀ ਪ੍ਰੋਡਕਟ ਬਾਏ ਕਰੋ, ਇਹਦੇ ਵਿੱਚ ਬਹੁਤ ਵਿੱਚ ਕਲਰ ਹੋਰ ਮਿਲ ਸਕਦੇ ਆ, ਕਸਟਮਾਈਜੇਸ਼ਨ ਦੇ ਵਿੱਚ ਜੋ ਮਰਜ਼ੀ ਤੁਸੀਂ ਕਰਾਓ ਅਸੀਂ ਬੈਠੇ। ਇੱਕ ਚੀਜ਼ ਮੈਂ ਕਹਿ ਦਿੰਦਾ ਵੀ ਜਿਹਨਾਂ ਨੂੰ ਇਹ ਸੋਫਾ ਪਸੰਦ ਆ ਗਿਆ,
ਛੇਤੀ ਲੈ ਜਿਓ, ਨਜ਼ਰ ਮੇਰੀ ਵੀ ਆ, ਮੈਂ ਰੇਟ ਸੈੱਟ ਕਰਦਾ ਵਾ, ਜੇ ਸੈੱਟ ਹੋ ਗਿਆ ਮੈਂ ਹੀ ਲੈ ਜਾਣਾ ਜੀ। ਉਸ ਤੋਂ ਬਾਅਦ ਸਾਡੇ ਕੋਲ ਕੰਪਲੀਟ ਰੇਂਜ ਹੁਣੇ ਨਵਾਂ ਸੈੱਟ ਆਇਆ, ਲੌਂਜਰ ਸੈੱਟ ਸਾਡੇ ਕੋਲ, ਫੁੱਲ ਲੌਂਜਰਸ ਵੀ ਹੈਗੇ ਆ, ਬਹੁਤ ਲਗਜ਼ਰੀ ਆ। ਔਰ ਜੇ ਅਸੀਂ ਅਲਮਾਰੀਆਂ ਦੀ ਗੱਲ ਕਰੀਏ ਸਰ, ਤੁਸੀਂ ਪੂਰੀ ਮਾਰਕੀਟ ਘੁੰਮ ਕੇ ਆਏ ਹੋ। ਲਾਸਟ ਵੀਡੀਓ ਮੈਂ ਤੁਹਾਨੂੰ 11,000 ਰੁਪਏ ਰੇਟ ਕਿਹਾ ਸੀ ਜੀ, 10,000 ਦੀ ਦੇ ਦੇਣੀ ਸਰ, ਨਹੀਂ ਮਿਲਦੀ ਇੱਥੇ, ਇੱਥੇ ਤਾਂ ਮਿਲ ਜਾਊਗੀ ਸ਼ਾਇਦ, ਪਰ ਮਾਰਕੀਟ 'ਚ ਨਹੀਂ ਮਿਲਦੀ 10,000 ਦੀ ਵਿਦ ਡਰੈਸਿੰਗ ਟੇਬਲ। ਅੱਛਾ ਮੈਂ ਤੁਹਾਨੂੰ ਦੱਸਾਂ, ਮਾਰਕੀਟ ਵਿੱਚ ਨਾ ਇੰਨੀ ਇੰਨੀ 8,000 ਦੀ ਮਿਲਦੀ ਹੈ ਸਰ, ਵਿਦ ਡਰੈਸਿੰਗ ਟੇਬਲ ਵਿਦ ਮਿਰਰ ਤੁਹਾਨੂੰ 10,000 ਰੁਪਏ ਦੀ ਦੇਵਾਂਗੇ ਜੀ। ਉਹਨਾਂ ਦਾ ਡਰਾਅਰ ਵੀ ਮਿਲ ਗਏ ਆ, ਡਰਾਅਰਸ ਵੀ ਆਉਗੇ। ਮੈਂ ਤੁਹਾਨੂੰ ਲਾਸਟ ਟਾਈਮ ਸਿਰਫ ਅਲਮਾਰੀ ਅਲਮਾਰੀ ਦਿੱਤੀ ਸੀ 11,000 ਦੀ, ਇਹ ਸਪੈਸ਼ਲ ਤੁਹਾਡੇ ਪਿਆਰ ਸਦਕਾ ਆਪਾਂ ਰਕਸ਼ਾ ਬੰਧਨ ਤੇ, ਰਕਸ਼ਾ ਬੰਧਨ ਕਰਕੇ ਜਨਮ ਅਸ਼ਟਮੀ ਤੇ ਆਪਾਂ ਆਫਰ ਦੇ ਰਹੇ ਹਾਂ। ਆਹ ਦੇਖੋ ਕਲਰ ਕਿੰਨਾ ਸੋਹਣਾ ਹੈ ਨਾ, ਕਿੰਨੀ ਅੱਛੀ ਕੰਬੀਨੇਸ਼ਨ ਬਣਾਇਆ ਹੋਇਆ। ਇਹਦੇ ਵਿੱਚ ਸਾਡੇ ਕੋਲ ਸਾਰੀ ਆਪਸ਼ਨ ਅਵੇਲੇਬਲ ਆ, ਹਾਈ ਗਲੋਸ ਯੂਵੀ ਦੇ ਵਿੱਚ ਚਾਹੀਦੇ ਆ, ਜੋ ਵੀ ਕਲਰ ਚਾਹੀਦੇ ਆ, ਈਚ ਐਂਡ ਐਵਰੀ ਕਲਰ ਸਾਡੇ ਕੋਲ ਇੱਥੇ ਡਿਸਪਲੇ ਦੇ ਉੱਤੇ ਆ ਜੀ। ਅੱਛਾ ਜੇ ਕਿਸੇ ਨੇ ਮਤਲਬ ਡਬਲ ਡੈਕਰ ਜਿੱਦਾਂ ਤੁਹਾਡੀ ਥੱਲੇ ਫਰਿੱਜ ਹੈ ਉੱਦਾਂ ਬਣਾਉਣੀ ਹੋਵੇ, ਅਲਮਾਰੀ ਤਾਂ ਬਣ ਸਕਦੀ ਹੈ? ਬਣ ਜਾਂਦੀ ਸਰ, ਆਰਡਰ ਦੇ ਉੱਤੇ ਤੁਸੀਂ 6 ਫੁੱਟ ਤੱਕ ਅਲਮਾਰੀ ਬਣਵਾ ਸਕਦੇ ਹੋ, ਆਪਾਂ 3 ਦਿਨਾਂ ਦੇ ਵਿੱਚ ਤਿਆਰ ਕਰਕੇ ਤੁਹਾਨੂੰ। ਹਸਬੈਂਡ ਵਾਈਫ ਦੋਨਾਂ ਦੇ ਕੱਪੜੇ ਆ ਜਾਣ, ਕਿਸੇ ਨੂੰ ਕੋਈ ਵੱਡੀ ਅਲਮਾਰੀ ਚਾਹੀਦੀ ਤਾਂ ਤਿਆਰ ਹੋ ਜਾਏਗੀ ਸਰ। ਕੋਈ ਵੀ ਡਿਜ਼ਾਈਨ ਆਪਾਂ ਕੋਈ ਵੀ ਕਲਰ ਇੱਥੇ ਡਿਜ਼ਾਈਨ ਰੈਡੀ ਕਰਾ ਸਕਦੇ ਹਾਂ। ਤੁਹਾਨੂੰ ਸੋਫਾ ਸੈੱਟ ਤੋਂ ਇਲਾਵਾ ਆਪਣੇ ਗਾਰਡਨ ਦੇ ਲਈ ਸਵਿੰਗ ਚਾਹੀਦੀ ਹੈ, ਸਵਿੰਗਸ ਵੀ ਸਾਡੇ ਕੋਲ ਅਵੇਲੇਬਲ ਹੈ। ਬੱਚਿਆਂ ਲਈ ਅਲਮਾਰੀ ਚਾਹੀਦੀ ਹੈ, ਉਹ ਵੀ ਸਾਡੇ ਕੋਲ ਅਵੇਲੇਬਲ ਹੈ ਸਰ। ਆਹ ਸਵਿੰਗ ਦੀ ਗੱਲ ਕਰ ਰਹੇ ਹਾਂ ਜੀ, ਇਹ ਤੁਸੀਂ ਆਪਣੇ ਗਾਰਡਨ 'ਚ ਰੱਖਣਾ ਚਾਹੁੰਦੇ ਹੋ। ਕਈ ਵੇਲੇ ਬੰਦੇ ਚੰਡੀਗੜ੍ਹ ਘੁੰਮਣ ਜਾਂਦੇ ਤਾਂ ਰਸਤੇ ਵਿੱਚ ਜਿਨ੍ਹਾਂ ਨੇ ਦੁਕਾਨਾਂ ਪਾਈਆਂ ਹੁੰਦੀਆਂ ਉਹ ਤੁਹਾਨੂੰ ਰੇਟ 25,000-20,000 ਫਿਰ ਗੱਲ ਬਣਦੀ ਨਹੀਂ, ਬੰਦਾ ਅੱਧਾ ਕੁ ਘੰਟਾ ਡੀਲ ਕਰੀ ਜਾਂਦਾ, ਬਾਰਗਨਿੰਗ ਕਰੀ ਜਾਂਦਾ, ਅਗਲੇ 15-20-25 ਤੋਂ ਮਤਲਬ 15 ਤੱਕ ਆਏ, ਬੰਦਾ ਕਹਿੰਦਾ ਚੱਲ ਛੱਡ ਯਾਰ ਕੀ ਲੈ ਕੇ ਜਾਣਾ, ਲੈ ਕੇ ਵੀ ਕਿਵੇਂ ਜਾਣਾ, ਤੁਸੀਂ ਘਰ ਪਹੁੰਚਾ ਦੋਗੇ ਬੜੇ ਆਰਾਮ ਨਾਲ। ਔਰ ਉਹਦੇ ਨਾਲੋਂ ਕਈ ਘੱਟ ਪ੍ਰਾਈਸ ਦੇ, 15,000 ਤੋਂ ਵੀ ਕਈ ਗੁਣਾ ਘੱਟ, ਬਹੁਤ ਘੱਟ, 10,000 ਤੋਂ ਥੱਲੇ, 10,000 ਦੇ ਅਪਰੋਕਸ। ਬਾਕੀ ਕੁਆਲਿਟੀ ਤੇ ਡਿਪੈਂਡ ਹੈ, ਇਹਦੇ ਵਿੱਚ ਵੀ ਸਾਡੇ ਕੋਲ 2 ਕੁਆਲਿਟੀਜ਼ ਅਵੇਲੇਬਲ ਹੈ ਸਰ, ਸਸਤੀ ਵਾਲੀ ਵੀ ਅਵੇਲੇਬਲ ਹੈ ਜੀ। ਔਰ ਦੇਖੋ ਮਾਲ ਦੀ ਕੁਆਲਿਟੀ ਸਸਤੀ ਨਹੀਂ ਹੋਣੀ ਚਾਹੀਦੀ, ਪ੍ਰਾਈਸ ਥੋੜਾ ਬਮਾ ਵੱਧ ਵੀ ਜਾਵੇ ਕੋਈ ਚੱਕਰ, ਮੈਂ ਉਹੀ ਸਾਰੇ ਦੱਸ ਰਿਹਾ, ਕਿਹੜਾ ਚੀਜ਼ਾਂ ਰੋਜ਼ ਲੈ ਹੁੰਦੀਆਂ ਸਰ, ਉਹੀ ਮੈਂ ਦੱਸ ਰਿਹਾ ਕਿ ਇਹ ਲਾਈਫ ਟਾਈਮ ਪ੍ਰੋਡਕਟਸ ਆ, ਅੰਦਰ ਦੇ ਵਿੱਚ ਵੀ ਕੰਪਲੀਟ ਰੇਂਜ ਆ ਸਰ। ਕੀ ਬਾਤ ਹੈ, ਇੱਧਰ ਦਿਖਾਓ ਜੀ, ਇਹ ਪੂਜਾ ਘਰ ਆ, ਵਿਦ ਡੋਰ ਆ, ਕਈ ਆਬਜੈਕਟ ਕਰਦੇ ਕਿ ਓਪਨ ਨਹੀਂ ਚਾਹੀਦੇ, ਜੀ ਜੀ ਕੀ ਬਾਤ ਹੈ, ਸਿੰਗਲ ਟੈਪ ਦੇ ਵਿੱਚ ਤੁਸੀਂ ਪ੍ਰੈਸ ਕਰੋਗੇ ਡੋਰ ਓਪਨ ਹੋ ਜੂਗਾ, ਵੈਸੇ ਹੀ ਸਿਰ ਝੁੱਕ ਜਾਂਦਾ ਦੇਖ ਕੇ, ਇਹ ਬਹੁਤ ਫੀਲਿੰਗ ਹੈ, ਪੂਰੀ ਫੀਲਿੰਗ ਹੈ, ਸ਼ਰਧਾ ਵਾਲੀ ਫੀਲਿੰਗ ਆਉਂਦੀ ਹੈ। ਇਹਦੇ ਵਿੱਚ ਵੀ ਸਾਰੇ ਡਿਜ਼ਾਈਨਸ ਆ, ਕਲਰਸ ਆ, ਪ੍ਰੈਸ ਟੇਬਲ ਅਵੇਲੇਬਲ ਹੈ, ਸੋਫਾ ਕਮ ਬੈੱਡ ਚਾਹੀਦਾ ਆ ਉਹ ਅਵੇਲੇਬਲ ਹੈ, ਆਪਾਂ ਲੰਮੇ ਪੈ ਕੇ ਦਿਖਾਤਾ ਸੀ ਕਿ ਭਾਰ ਚੱਲਦਾ ਆ, ਉਹੀ ਹੈ ਸਰ ਸੇਮ, ਉਹ ਵੀ ਇਹਦੇ ਵਿੱਚ ਵੀ ਕਲਰ ਕਸਟਮਾਈਜ਼ ਕਰ ਸਕਦੇ ਆ। ਅੱਛਾ ਮੈਂ ਦੇਖਿਆ ਥੱਲੇ ਹੋਰ ਟਰੱਕ ਦੇ ਟਰੱਕ ਭਰੇ ਆ ਰਹੇ ਆ, ਮਤਲਬ ਮਾਲ ਹੋਰ ਆ ਰਿਹਾ ਸਰ, ਆਰਡਰ ਲੱਗ ਗਿਆ? ਹਾਂ, ਤੁਸੀਂ ਵੀਡੀਓ ਲਾਸਟ ਵਾਲੀ ਦੇਖ ਲਓ, ਸਾਰਾ ਦਾ ਸਾਰਾ ਮਾਲ ਚੇਂਜ ਹੋ ਚੁੱਕਾ ਜੀ, ਮਤਲਬ ਕਸਟਮਰ ਆ ਰਹੇ ਆ ਸਮਾਨ ਲੈ ਕੇ ਜਾ ਰਹੇ ਆ। ਤੇ ਇੱਧਰ ਆਫਰ ਕਿੰਨੀ ਆ ਜੀ ਫਿਰ ਸਰ? ਇਹਦੇ ਉੱਤੇ ਵੀ 1 ਰੁਪਈਏ ਦੀ ਕਿਸ਼ਤ ਹੈ ਜੀ, 1 ਰੁਪਈਆ ਡਾਊਨ ਪੇਮੈਂਟ। ਮੈਂ ਮੰਨ ਲਓ ਮੈਂ ਆ ਲੈ ਕੇ ਜਾਣਾ, 1 ਰੁਪਏ ਦੇ ਕੇ ਲੈ ਕੇ ਜਾ ਸਕਦਾ? 1 ਰੁਪਈਆ ਦੇ ਕੇ ਤੁਸੀਂ ਘਰ ਲੈ ਜਾਣਾ ਜੀ, ਇਹਦੀ ਕਿਸ਼ਤਾਂ ਵੀ ਤੁਹਾਡੀਆਂ ਆਸਾਨ ਕਰ ਦੇਣੀਆਂ ਜੀ। ਆਨਲਾਈਨ ਤੇ 1 ਰੁਪਈਆ ਨਹੀਂ ਦੇ ਹੋਣਾ, ਇਹ ਗੱਲ ਯਾਦ ਰੱਖਿਓ, ਨਾ ਕਿਤੇ ਹੋਰ ਦੇ ਹੋਣਾ, ਕਿੱਥੇ ਦੇ ਹੋਣਾ, ਸਿਰਫ ਤੇ ਸਿਰਫ ਮਾਈ ਇਲੈਕਟ੍ਰੋਨਿਕਸ, ਮਾਈ ਇਲੈਕਟ੍ਰੋਨਿਕਸ ਦੇ। ਅੱਛਾ ਆਹ ਤੁਸੀਂ ਗੱਲ ਕਰ ਰਹੇ ਸੀ ਨਾ ਉਹਦੀ, USB ਵਗੈਰਾ ਇਹਦੇ ਵਿੱਚ ਸਭ ਕੁਝ ਹੈ ਜੀ। ਜੇ ਮੈਂ ਬੈੱਡ ਦੀ ਸਟਾਰਟਿੰਗ ਦੀ ਗੱਲ ਕਰਾਂ, 13,000 ਰੁਪਏ ਤੋਂ ਬੈੱਡ ਸਾਡੇ ਕੋਲ ਡਬਲ ਬੈੱਡ ਸ਼ੁਰੂ ਹੋ ਜਾਂਦਾ ਜੀ, ਸਿਰਫ 13,000, 13,000 ਤੋਂ ਡਬਲ ਬੈੱਡ ਸਾਡੇ ਕੋਲ। ਕੁਆਲਿਟੀ ਦੀ ਗਾਰੰਟੀ ਲੈਂਦੇ ਹੋ ਸਰ? 100% ਤੁਹਾਨੂੰ ਵੁੱਡ ਮਿਲੂਗੀ ਜੀ, ਕੋਈ ਇਹਦੇ ਵਿੱਚ ਬੋਰਡ ਨਹੀਂ, ਕੋਈ ਪਾਰਟੀਕਲ ਬੋਰਡ ਨਹੀਂ, ਕੋਈ ਕੁਛ ਨਹੀਂ। 13,000 ਤੋਂ ਸ਼ੁਰੂ ਹੋ ਜਾਂਦਾ, ਬਾਕੀ ਫਿਰ ਤੁਹਾਡੀ ਆਪਣੀ ਰੇਂਜ ਆ, ਤੁਹਾਡੀ ਆਪਣੀ ਚੁਆਇਸ ਆ, ਤੁਸੀਂ ਕਿੱਥੇ ਤੱਕ ਜਾਣਾ, ਕਿੱਥੇ ਤੱਕ ਜਾਣਾ ਸਰ, ਹਰ ਇੱਕ ਚੀਜ਼ ਅਵੇਲੇਬਲ ਆ। ਗਾਰਡਨ ਸੈੱਟ ਚਾਹੀਦੇ, ਬੈੱਡਰੂਮ ਚੇਅਰਸ ਚਾਹੀਦੀਆਂ ਆ, ਗਾਰਡਨ ਸੈੱਟ ਜ਼ਰੂਰ ਦਿਖਾਓ। ਸਾਡੇ ਕਈ ਭੈਣਾਂ ਭਰਾਵਾਂ ਦੀ ਡਿਮਾਂਡ ਸੀ ਪਿਛਲੀ ਵੀਡੀਓ ਤੋਂ ਬਾਅਦ ਕਿ ਗਾਰਡਨ ਸੈੱਟ ਦੇਖਣੇ ਆ, ਔਰ ਆਹ ਦੇਖੋ ਜੀ ਕਿਆ ਕੁਆਲਿਟੀ ਹੈ, ਕਿਆ ਸ਼ਾਨਦਾਰ ਹੈ, ਤੁਹਾਨੂੰ ਇੱਥੇ ਆ ਕੇ ਪਤਾ ਲੱਗ ਜਾਣਾ, ਕਿਉਂਕਿ ਇਹ ਹੈਵੀ ਵੀ ਆ, ਇੱਦਾਂ ਨਹੀਂ ਆ ਕਿ ਬਹੁਤ ਹਲਕੀ ਕੁਆਲਿਟੀ ਆ, ਤੁਸੀਂ ਇਹਨੂੰ ਚੱਕੋਗੇ ਤੁਹਾਨੂੰ ਪਤਾ ਲੱਗ ਜਾਣਾ ਕਿ ਕਿਹੋ ਜਿਹੀ ਕੁਆਲਿਟੀ।
ਮੈਟਰੈਸ ਦੇ ਵਿੱਚ ਵੀ ਸਾਡੇ ਕੋਲ ਕੰਪਲੀਟ ਰੇਂਜ ਹੈ। ਯੂ ਵੀ ਅਲਮੀਰਾ ਤੁਸੀਂ ਸਾਹਮਣੇ ਦੇਖੋ ਜੋ ਮਾਰਕੀਟ 'ਚ ਨਹੀਂ ਮਿਲਦੀਆਂ, ਉਹ ਵੀ ਮੈਮਰੇਨ ਵੁੱਡ ਵੀ ਹਰ ਇੱਕ ਕੁਆਲਿਟੀ ਹਰ ਇੱਕ ਮਾਡਲ ਮਾਈ ਇਲੈਕਟ੍ਰੋਨਿਕਸ ਦੇ ਉੱਤੇ ਅਵੇਲੇਬਲ ਹੈ ਸਰ। ਠੀਕ ਹੈ ਜੀ, ਮੈਮਰੇਨ ਵੁੱਡ ਜਿਹੜੀ ਆ ਆਪਾਂ ਇੱਕ ਵਾਰੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿਖਾ ਦਈਏ ਜੀ। ਸਰ ਉਹ ਵਾਲੀ ਮੈਮਰੇਨ ਵੁੱਡ ਦੇ ਵਿੱਚ ਆਉਂਦੀ ਹੈ ਜੀ ਅਲਮੀਰਾ ਜਿਹੜੀ ਆ, ਇਹ 100% ਹੈ ਮੈਮਰੇਨ ਦੇ ਵਿੱਚ। ਇਹਦੀ ਕੁਆਲਿਟੀ ਟਰਮਾਈਡ ਪਰੂਫ ਹੁੰਦੀ ਹੈ ਜੀ, ਇਹਦੇ ਵਿੱਚ ਦੀਮਕ ਲੱਗਣ ਦਾ ਡਰ ਨਹੀਂ ਹੈਗਾ, ਸਿਉਂਕ ਲੱਗਣ ਦਾ ਕੋਈ ਡਰ ਨਹੀਂ, ਲੋਕਰ ਦੇ ਨਾਲ ਹੈਗੀ ਹੈ। ਔਰ ਪ੍ਰਾਈਜ਼ ਫਿਰ ਜਿਹੜਾ ਲਾਸਟ ਟਾਈਮ ਅਨਾਊਂਸ ਕੀਤਾ ਸੀ ਰਕਸ਼ਾ ਬੰਧਨ ਹੈਗਾ ਆ, ਜਿਹੜੀ ਵੀ ਮੇਰੀ ਭੈਣਾਂ ਆ ਰਹੀਆਂ ਜਾਂ ਕੋਈ ਭੈਣ ਲਈ ਆਪਣੇ ਗਿਫਟ ਲੈ ਰਹੇ ਆਉਣਾ ਭੈਣ ਨੂੰ ਗਿਫਟ ਦੇਣ ਲਈ, ਉਹਦੇ ਲਈ ਆਪਾਂ 21% ਡਿਸਕਾਊਂਟ 21% ਡਿਸਕਾਊਂਟ ਮਤਲਬ ਤੁਸੀਂ ਸ਼ਗਨ ਪਾ ਦੇਣਾ। ਹਾਂ ਸ਼ਗਨ ਪਾ ਦੇਣਾ, ਸਿਰਫ ਤੇ ਸਿਰਫ ਰਕਸ਼ਾ ਬੰਧਨ। ਅੱਛਾ ਇੱਕ ਗੱਲ ਹੈ ਕਿ ਮਾਰਕੀਟ ਨਾਲ ਪ੍ਰਾਈਸ ਕੰਪੇਅਰ ਕਰ ਲੈਣਾ, ਮਾਰਕੀਟ ਨਾਲੋਂ ਪ੍ਰਾਈਸ ਸਸਤਾ ਹੋਏਗਾ, ਮਾਰਕੀਟ ਨਾਲੋਂ ਪਹਿਲੇ ਸਸਤਾ ਤੇ ਉਸ ਦੇ ਉੱਤੇ ਵੀ 21% ਉਸ ਦੇ ਉੱਤੇ ਵੀ 21%। ਮੈਂ ਤੁਹਾਨੂੰ ਪ੍ਰਾਈਸ ਕੰਪੇਅਰ ਕਰਨ ਲਈ ਦੱਸਤਾ, ਅਲਮਾਰੀ ਦੀ ਵੀ ਸਟਾਰਟਿੰਗ ਰੇਂਜ ਦਿਖਾਤੀ ਹੈ, ਕੋਈ ਵੀ ਪ੍ਰਾਈਸ ਜ਼ਿਆਦਾ ਨਹੀਂ ਹੋਊਗਾ, ਬਟ ਸੂਰੀ ਸਾਹਿਬ ਕੁਆਲਿਟੀ ਮੈਟਰ ਕਰਦੀ ਹੈ ਜੀ। ਅੱਛਾ ਚੇਤਨ ਜੀ ਇੱਕ ਗੱਲ ਦੱਸੋ ਕਿ ਆਹ ਕੁਝ ਬੈੱਡ ਮੈਂ ਦੇਖ ਰਿਹਾ ਇਹਨਾਂ ਨਾਲ ਟੇਬਲ ਲੈਂਪ ਹੈਗੇ ਆ, ਇਹ ਨਾਲ ਫ੍ਰੀ ਦਿੰਦੇ ਹੋ? ਸਰ ਨਾਲ ਫ੍ਰੀ ਦੇਵਾਂਗੇ ਜੀ, ਇੱਕ ਮੈਨੂੰ ਵੀ ਦੇ ਦਿਓ, ਇੱਕ ਬੈੱਡ ਮੇਰਾ ਬੁੱਕ ਕਰ ਲਓ, ਡਨ ਹੈ ਸਰ, ਲੈ ਲਓ ਜੀ। ਅੱਛਾ ਇਹ ਬੜੇ ਸ਼ਾਨਦਾਰ ਆ ਜੀ, ਰਾਤ ਨੂੰ ਤੁਸੀਂ ਕੁਛ ਪੜ੍ਹਨਾ, ਤੁਸੀਂ ਚਾਹੁੰਦੇ ਤੁਹਾਡਾ ਪਾਰਟਨਰ ਡਿਸਟਰਬ ਨਾ ਹੋਵੇ, ਤੁਸੀਂ ਕੁਛ ਪੜ੍ਹਨਾ ਚਾਹੁੰਦੇ ਹੋ ਜਾਂ ਵੈਸੇ ਬੈਠੇ ਹੋ, ਕਿ ਵੇਲੇ ਬੰਦਾ ਫੋਨ ਵੀ ਚਲਾਉਂਦਾ, ਤੁਸੀਂ ਡਿਮ ਲਾਈਟ 'ਤੇ ਯੂਜ਼ ਕਰ ਸਕਦੇ ਹੋ, ਹਨੇਰੇ ਵਿੱਚ ਫੋਨ ਨਹੀਂ ਚਲਾਉਣਾ ਚਾਹੀਦਾ ਨਾ। ਉਸ ਤੋਂ ਬਾਅਦ ਸਰ ਮਲਟੀ ਬ੍ਰਾਂਡ ਸਾਡਾ ਉੱਪਰ ਆ ਗਿਆ, ਜਿਹਦਾ ਐਲ ਜੀ ਥੱਲੇ ਆ ਜੀ, ਸਾਡੀ 32 ਇੰਚ ਦੀ ਜਿਹੜੀ ਐਮ ਸਟਾਰ ਕੰਪਨੀ ਦੀ ਐਲ ਈ ਡੀ ਹੈ ਜੀ, ਸਪੈਸ਼ਲ ਤੁਹਾਨੂੰ ਸਿਰਫ ਤੇ ਸਿਰਫ 8,990 ਰੁਪਏ ਦੇ ਵਿੱਚ ਦੇਵਾਂਗੇ, ਫੁੱਲ ਸਮਾਰਟ ਐਲ ਈ ਡੀ ਵਿਦ ਇੰਡਕਸ਼ਨ ਕੁੱਕਰ ਜੀ, 43 ਇੰਚ ਦੀ ਐਲ ਈ ਡੀ ਤੁਹਾਨੂੰ 17,000 ਰੁਪਏ ਦੀ ਦੇਵਾਂਗੇ ਵਿਦ ਇੰਡਕਸ਼ਨ ਕੁੱਕਰ, ਔਰ ਜਿਹੜੀ 50 ਇੰਚ ਦੀ ਐਲ ਈ ਡੀ ਹੈਗੀ ਐਮ ਸਟਾਰ ਕੰਪਨੀ ਦੀ, ਉਹ ਤੁਹਾਨੂੰ ਵਿਦ ਸਾਊਂਡ ਬਾਰ ਵਾਲੀ ਸਿਰਫ ਤੇ ਸਿਰਫ 23,990 ਰੁਪਏ ਦੀ ਦੇਵਾਂਗੇ, ਨਾਲ 3,000 ਦਾ ਜੂਸਰ ਫ੍ਰੀ ਦੇਵਾਂਗੇ ਜੀ। 50 ਇੰਚ ਵਾਲੀ 23,000 ਚ ਤੇ ਨਾਲ ਜੂਸਰ ਫ੍ਰੀ ਦੇਵਾਂਗੇ, ਮਤਲਬ ਅੱਧੇ ਨਾਲੋਂ ਵੀ ਰੇਟ ਘੱਟ, ਮਤਲਬ ਜੇ 50 ਹੈ 25 ਵੀ ਨਹੀਂ, 25 ਤੋਂ ਵੀ ਘੱਟ, ਤੋਂ ਅੱਧੇ ਨਾਲੋਂ ਵੀ ਘੱਟ ਤੇ ਗਰੰਟੀ ਪੂਰੀ ਹੈ ਕਿ ਨਹੀਂ? ਸਰ 2 ਸਾਲ ਦੀ ਕਰਤੀ, ਪਹਿਲਾਂ 1 ਸਾਲ ਦੀ ਕੰਪਲੀਟ ਸੀ, ਹੁਣ 2 ਸਾਲ ਦੀ ਕੰਪਲੀਟ ਕਰਤੀ, ਮਤਲਬ ਇਹ ਨਾ ਨਾ ਵੀ ਕਿ ਅੱਧ ਨਾਲੋਂ ਪਹਿਲੇ ਵੀ ਕੰਮ ਸਾਥ ਛੱਡ ਜਾਵੇ। ਸਰ 2 ਸਾਲ ਦੀ ਕੰਪਲੀਟ ਵਾਰੰਟੀ ਕਰਤੀ, ਪਹਿਲਾਂ 1 ਸਾਲ ਦੀ ਸੀ। ਚਲੋ ਇਹ ਤੁਹਾਡੀ ਗਰੰਟੀ ਚਾਹੀਦੀ ਹੈ 100% ਕਿ ਬਾਅਦ ਚ ਕਸਟਮਰ ਨੂੰ ਕੋਈ ਦਿੱਕਤ ਨਾ ਆਵੇ, ਜਿਹੜੇ ਭੈਣ ਭਰਾ ਦੇਖ ਰਹੇ ਉਹਨੂੰ ਕੋਈ ਦਿੱਕਤ ਨਾ ਆਵੇ, ਕੋਈ ਦਿੱਕਤ ਨਹੀਂ ਆਊਗੀ ਸਰ ਉਹਨਾਂ ਨੂੰ ਜੀ। ਉਸ ਤੋਂ ਬਾਅਦ ਚਾਹੇ ਸਮਾਲ ਅਪਲਾਈਂਸਿਸ ਦੇ ਵਿੱਚ ਮਿਕਸਰ ਚਾਹੀਦਾ, ਜੂਸਰ ਚਾਹੀਦਾ, ਗਾਰਮੈਂਟ ਸਟੀਮਰ ਚਾਹੀਦਾ, ਵੈਕਿਊਮ ਕਲੀਨਰ ਚਾਹੀਦਾ ਆ, ਵੀਡੀਓ ਦੇ ਵਿੱਚ ਆਪਾਂ ਹਰ ਇੱਕ ਚੀਜ਼ ਨਹੀਂ ਦਿਖਾ ਸਕਦੇ, ਤੁਹਾਨੂੰ ਵਿਜ਼ਿਟ ਕਰਨਾ ਹੀ ਪਊਗਾ ਜੀ। ਵਿਜ਼ਿਟ ਕਰੋਗੇ ਤਾਂ ਤੁਹਾਨੂੰ ਘੱਟੋ ਘੱਟ 2 ਘੰਟੇ ਖੁੱਲ੍ਹੇ ਚਾਹੀਦੇ, ਕਿਉਂਕਿ ਇੰਨਾ ਸਮਾਨ ਆ ਤੁਹਾਨੂੰ ਦੇਖਣ ਨੂੰ 2 ਘੰਟੇ ਤਾਂ ਬੜੇ ਆਰਾਮ ਨਾਲ ਲੱਗ ਜਾਣਗੇ, ਪਰ ਹਾਂ ਫਿਰ ਇੰਨੀ ਗੱਲ ਹੈ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਵੀ ਨਹੀਂ ਪੈਣੀ। ਉਸ ਤੋਂ ਬਾਅਦ ਤੁਹਾਨੂੰ ਏਅਰ ਫਰਾਇਰ ਦੇ ਵਿੱਚ ਵੀ ਸਿਰਫ ਮਾਈ ਇਲੈਕਟ੍ਰੋਨਿਕਸ 'ਤੇ ਐਡੀ ਰੇਂਜ ਮਿਲੂਗੀ, 12 ਲੀਟਰ ਤੱਕ ਦਾ ਏਅਰ ਫਰਾਇਰ, ਊਸ਼ਾ ਦਾ ਹੋਵੇ, ਐਗਰੋ ਦਾ ਹੋਵੇ, ਫਿਲਿਪਸ ਦਾ ਹੋਵੇ, ਹਾਇਰ ਦਾ ਹੋਵੇ, ਹਰ ਇੱਕ ਏਅਰ ਫਰਾਇਰ ਸਾਡੇ ਕੋਲ ਅਵੇਲੇਬਲ ਹੈ ਜੀ। ਚਿਮਨੀ ਵੀ ਸਾਡੇ ਕੋਲ ਹਰ ਬ੍ਰਾਂਡ ਦੀ ਅਵੇਲੇਬਲ ਹੈ, ਨਵੇਂ ਘਰ ਬਣਦੇ ਪਏ ਆਪਾਂ, ਚਿਮਨੀਆਂ ਵੀ ਅਵੇਲੇਬਲ ਹੈ, ਸਿੰਗਲ ਡੋਰ ਰੈਫਰੀਜਰੇਟਰ ਦੀ ਵੀ ਪੂਰੀ ਰੇਂਜ ਹੈ। ਔਰ ਇੱਕ ਮਸ਼ੀਨ ਮੈਂ ਤੁਹਾਨੂੰ ਲੋਇਡ ਦੀ ਦਿਖਾਉਣਾ ਆ, ਬਹੁਤ ਵਧੀਆ ਡਿਜੀਟਲ ਮਸ਼ੀਨ, ਪਹਿਲੀ ਵਾਰੀ ਸੈਮੀ ਆਟੋਮੈਟਿਕ ਦੇ ਵਿੱਚ ਆਈ ਹੈ ਜੀ। ਇਹਦਾ ਕਲਰ ਵੀ ਇਸ ਤਰੀਕੇ ਡਿਜ਼ਾਈਨ ਕੀਤੇ ਤਾਂ ਫਰਾਰੀ ਦੇ ਅੰਦਰਲਾ ਪਾਰਟ ਹੁੰਦਾ। ਸਰ ਇਹ ਪਹਿਲੀ ਮਸ਼ੀਨ ਹੈ ਸੈਮੀ ਆਟੋਮੈਟਿਕ ਜਿਹਦੇ ਵਿੱਚ ਇਨਬਿਲਟ ਹੀਟਰ ਆ, ਸਰਦੀਆਂ ਦੇ ਵਿੱਚ ਸੈਮੀ ਆਟੋਮੈਟਿਕ ਪਾਣੀ ਗਰਮ ਕਰੂਗੀ, ਔਰ ਇਹਦੇ ਉੱਤੇ ਵੀ 888 ਰੁਪਏ ਦੀ ਤੁਹਾਨੂੰ ਕਿਸ਼ਤ ਦੇਵਾਂਗੇ ਜੀ। ਔਰ ਡਿਜੀਟਲ ਪੈਨਲ ਸੈਮੀ ਆਟੋਮੈਟਿਕ ਦੇ ਵਿੱਚ ਤੁਹਾਨੂੰ ਕਿਤੇ ਨਹੀਂ ਮਿਲਦਾ ਜੀ, ਵੋਲਟੇਜ ਕੰਟਰੋਲਰ ਵਗੈਰਾ ਹਰ ਇੱਕ ਚੀਜ਼ ਹੈ। ਲੋਇਡ ਦੀ ਵੀ ਸਾਡੇ ਕੋਲ ਕੰਪਲੀਟ ਰੇਂਜ ਹੈ, ਚਾਹੇ ਐਲਈਡੀ ਲੈਣੀ, ਚਾਹੇ ਵਾਸ਼ਿੰਗ ਮਸ਼ੀਨ ਲੈਣੀ, ਚਾਹੇ ਰੈਫਰੀਜਰੇਟਰ। ਸਿਲੈਕਟਰ ਬਾਰੇ ਸਮਝਾ ਦਿਓ ਕੀ ਆ। ਸਰ ਤੁਸੀਂ ਪਾਣੀ ਡਰੇਨ ਕਰਨਾ ਤਾਂ ਆਪਾਂ ਡਰੇਨ ਕਰ ਸਕਦੇ ਜੀ, ਵਾਸ਼ ਦੇ ਵਿੱਚ ਰੱਖਣਾ ਤਾਂ ਪਾਣੀ ਸਟੋਰ ਰਹੂਗਾ ਵਿੱਚ, ਜੇ ਕੱਢਣਾ ਚਾਹੁੰਦੇ ਹੋ ਤਾਂ ਬਾਹਰ ਨਿਕਲ ਜਾਂਦਾ, ਜਿਹਨੂੰ ਆਪਾਂ ਨਿਕਾਸੀ ਕਹਿ ਦਿੰਦੇ ਹਾਂ।
ਜੀ ਤੇ ਡੀਜੀ ਗ੍ਰੈਂਡ ਇਹ ਵੀ ਸਮਝਾ ਦਿਓ ਗ੍ਰੈਂਡ ਸਰ ਡਿਜੀਟਲ ਪੈਨਲ ਆ ਪਹਿਲੀ ਵਾਰੀ ਸੈਮੀ ਆਟੋਮੈਟਿਕ ਜਿਵੇਂ ਦੱਸਿਆ ਜਿੱਦਾਂ ਹਰ ਇੱਕ ਚੀਜ਼ ਡਿਜੀਟਲ ਠੀਕ ਹੈ ਜੀ ਠੀਕ ਹੈ ਜੀ ਮਤਲਬ ਪਹਿਲੀ ਵਾਰੀ ਇਹੋ ਜਿਹਾ ਪ੍ਰੋਡਕਟ ਜਿਹੜਾ ਲਾਂਚ ਕੀਤਾ ਗਿਆ ਔਰ ਕਲਰ ਬਹੁਤ ਪਿਆਰਾ ਤੁਹਾਡੇ ਘਰ ਵਿੱਚ ਵਾਸ਼ਿੰਗ ਮਸ਼ੀਨ ਪਈ ਤਾਂ ਜਚੇਗੀ ਤੁਹਾਨੂੰ ਇਹ ਖਰੀਦ ਕੇ ਘਾਟਾ ਮਹਿਸੂਸ ਨਹੀਂ ਹੋਏਗਾ ਕਿ ਅਸੀਂ ਇੱਕ ਸ਼ਾਨਦਾਰ ਚੀਜ਼ ਘੱਟ ਰੇਟ ਦੇ ਅੰਦਰ ਲੈ ਕੇ ਆਏ ਹਾਂ ਉਸ ਤੋਂ ਬਾਅਦ ਸਾਡੇ ਕੋਲ 8 ਕਿਲੋ ਦੀ ਵਾਸ਼ਿੰਗ ਮਸ਼ੀਨ 8,990 ਤੋਂ ਸ਼ੁਰੂ ਹੋ ਜਾਂਦੀ ਸੈਮੀ ਆਟੋਮੈਟਿਕ ਔਰ ਜੇ ਅਲਮਾਰੀਆਂ ਦੀ ਲੋਹੇ ਵਾਲੀ ਦੀ ਗੱਲ ਕਰੀਏ ਸਾਡੇ ਕੋਲ ਕੰਪਲੀਟ ਰੇਂਜ ਹੈ ਇੱਕ ਵਾਰੀ ਤੁਸੀਂ ਦੇਖ ਲਓ ਕੁਆਲਿਟੀ ਚੈੱਕ ਕਰ ਲਓ ਕਿਤੇ ਤੁਹਾਡਾ ਲੋਹਾ ਦੱਬਾ ਓਪਨ ਬਾਕਸ ਵੀ ਮਿਲ ਜਾਏਗਾ ਹਾਂਜੀ ਉੱਪਰ ਓਪਨ ਹੋ ਜਾਂਦਾ ਵਿਦ ਹਾਈਡ੍ਰੋਲਿਕ ਹੈ ਸਰ ਹਾਈਡ੍ਰੋਲਿਕ ਹੈ ਜਿੱਦਾਂ ਦੀ ਅਲਮਾਰੀ ਚਾਹੀਦੀ ਹੈ ਨਾ ਸਿਰਫ ਆ ਜਾਓ ਤੁਸੀਂ ਮਿਲ ਜੂਗੀ ਤੁਹਾਨੂੰ 1 ਰੁਪਿਆ ਡਾਊਨ ਪੇਮੈਂਟ ਤੇ ਆ ਬਹੁਤ ਸ਼ਾਨਦਾਰ ਹੈ ਕਿ ਹਾਈਡ੍ਰੋਲਿਕ ਹੈ ਬਹੁਤੀ ਮਿਹਨਤ ਨਹੀਂ ਕਰਨੀ ਪੈਂਦੀ ਆਟੋਮੈਟਿਕ ਆਪ ਉੱਪਰ ਚਲੇ ਜਾਂਦੇ ਜੀ ਸਰ ਜਿਵੇਂ ਗੱਡੀ ਦਾ ਬੋਨਟ ਉੱਪਰ ਜਾਂਦਾ ਇਹਦੇ ਵਿੱਚ ਸਾਰੇ ਪੈਟਰਨ ਸਾਰੇ ਕਲਰ ਹਰ ਇੱਕ ਚੀਜ਼ ਤੁਸੀਂ ਦੇਖੋ ਸਾਡੇ ਕੋਲ ਅਵੇਲੇਬਲ ਹੈ ਇੱਥੇ ਮਾਈ ਇਲੈਕਟ੍ਰੋਨਿਕਸ ਦੇ ਉੱਤੇ ਔਰ ਲੋਕਰ ਇਹਨਾਂ ਦੇ ਅੰਦਰ ਬੜੇ ਸ਼ਾਨਦਾਰ ਹੈ ਪਿਛਲੀ ਵਾਰ ਤੁਸੀਂ ਦਿਖਾਇਆ ਸੀਗਾ ਡਬਲ ਟ੍ਰਿਪਲ ਲੋਕਰ ਵਾਲੀ ਅਲਮਾਰੀ ਹੈ ਲੋਕਰ ਦੇ ਅੰਦਰ ਲੋਕਰ ਲੋਕਰ ਦੇ ਅੰਦਰ ਲੋਕਰ ਲੋਕਰ ਦੇ ਅੰਦਰ ਲੋਕਰ ਫੁੱਲ ਸੇਫਟੀ ਹੈ ਹਰ ਇੱਕ ਚੀਜ਼ ਅਵੇਲੇਬਲ ਹੈ ਜਿੱਦਾਂ ਦਾ ਪ੍ਰਿੰਟ ਜਿੱਦਾਂ ਦੀ ਅਲਮਾਰੀ ਜੋ ਚਾਹੀਦਾ ਹੈ ਤੁਸੀਂ ਆਉਣਾ ਮਾਈ ਇਲੈਕਟ੍ਰੋਨਿਕਸ ਤੇ ਜੀ ਤਾਂ ਆਪਾਂ ਇੱਕ ਵਾਰੀ ਭੈਣ ਭਰਾਵਾਂ ਨੂੰ ਅਪੀਲ ਕਰਦੀ ਹੈ ਜੀ ਤੁਹਾਨੂੰ ਸਾਰੇ ਪ੍ਰੋਡਕਟ ਦਿਖਾ ਦਿੱਤੇ ਆ ਤੁਹਾਡੇ ਘਰ ਦੀ ਸਜਾਵਟ ਲਈ ਜਿੰਨੇ ਪ੍ਰੋਡਕਟ ਚਾਹੀਦੇ ਸਾਰੇ ਇੱਥੇ ਅਵੇਲੇਬਲ ਆ ਤੁਹਾਡੇ ਕੰਮ ਨੂੰ ਸੌਖਾ ਕਰਨ ਦੇ ਜਿੰਨੇ ਪ੍ਰੋਡਕਟ ਚਾਹੀਦੇ ਆ ਸਾਰੇ ਇੱਥੇ ਅਵੇਲੇਬਲ ਆ ਨਵੀਂ ਟੈਕਨੋਲੋਜੀ ਜਿੰਨੀ ਚਾਹੀਦੀ ਆ ਉਹ ਸਾਰੀ ਇੱਥੇ ਅਵੇਲੇਬਲ ਆ ਇਹੋ ਜਿਹੀ ਟੈਕਨੋਲੋਜੀ ਜਿਹੜੀ ਹਾਲੇ ਤੱਕ ਨਵੇਂ ਸ਼ਹਿਰ ਵਿੱਚ ਨਹੀਂ ਪਹੁੰਚੀ ਉਹ ਵੀ ਅਵੇਲੇਬਲ ਆ ਔਰ ਤੁਹਾਡਾ ਸਿੰਬਲ ਵਧੀਆ ਹੋਣਾ ਚਾਹੀਦਾ 1 ਰੁਪਿਆ ਜਾਂ 1 ਰੁਪਏ ਦੀ ਲੋੜ ਵੀ ਨਹੀਂ ਜੇ ਫੋਨ ਲੈਣਾ ਤਾਂ ਤੁਸੀਂ 1 ਰੁਪਿਆ ਲੈ ਕੇ ਇੱਥੇ ਆ ਜਾਓ ਅੱਛਾ ਸਿੰਬਲ ਲੈ ਕੇ ਆ ਜਾਓ 1 ਰੁਪਿਆ ਲੈ ਕੇ ਆ ਜਾਓ ਮਨ 'ਚ ਚਾਹਤ ਲੈ ਕੇ ਆ ਜਾਓ ਖੁੱਲ੍ਹਾ ਟਾਈਮ ਕੱਢ ਕੇ ਆ ਜਾਓ ਤੁਹਾਨੂੰ ਖੁਸ਼ ਕਰਕੇ ਭੇਜਣਗੇ ਚੇਤਨ ਜੀ ਅਪੀਲ ਤੁਸੀਂ ਵੀ ਕਰ ਦਿਓ ਸਾਰਿਆਂ ਨੂੰ ਇਹੀ ਰਿਕੁਐਸਟ ਆ ਵੇਟ ਨਾ ਕਰੋ 26 ਤਰੀਕ ਤੱਕ ਆਪਾਂ ਆਫਰ ਖਤਮ ਹੋ ਜਾਣੀ ਹੈ ਲੱਕੀ ਡਰਾਅ ਦੀ ਸਕੀਮ ਵੀ ਐਕਸਟੈਂਡ ਕੀਤੀ ਹੈ ਇਹੀ ਚੈਨਲ ਤੇ ਤੁਸੀਂ ਲਾਈਵ ਡਰਾਅ ਵੀ ਦੇਖਣਾ ਹੈ ਜਿਹੜਾ ਸਾਡਾ ਆ ਵੀਡੀਓ ਤੁਸੀਂ ਮਿਸ ਨਾ ਕਰਿਓ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜੇ ਨਹੀਂ ਲੈਣਾ ਸ਼ੇਅਰ ਕਰਨ ਵਾਲੇ ਨੂੰ ਵੀ ਸੂਰੀ ਸਾਹਿਬ ਨੇ ਗਿਫਟ ਆਪੀ ਭੇਜ ਦੇਣਾ ਸਾਡੇ ਵੱਲੋਂ ਚਲੋ ਤੇ ਇਸ ਕਰਕੇ ਫਟਾਫਟ ਪਹੁੰਚੋ ਉਮੀਦ ਕਰਦੇ ਤੁਸੀਂ ਪੂਰੀ ਵੀਡੀਓ ਦੇਖੀ ਹੋਵੇਗੀ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਆਪਣੇ ਜਿਹੜੇ ਪ੍ਰੇਮੀ ਆ ਜਿਨ੍ਹਾਂ ਨਾਲ ਤੁਹਾਡਾ ਪਿਆਰ ਹੈ ਰਿਸ਼ਤੇਦਾਰਾਂ ਨਾਲ ਉਹਨਾਂ ਨਾਲ ਵੀਡੀਓ ਸ਼ੇਅਰ ਕਰ ਦੂੰਗੀ ਕਿਉਂਕਿ ਜਿਨ੍ਹਾਂ ਦੀ ਤਮੰਨਾ ਆ ਕਿ ਯਾਰ ਆਪਾਂ ਵਾਸ਼ਿੰਗ ਮਸ਼ੀਨ ਨਵੀਂ ਲੈਣੀ ਆ ਫਰਿੱਜ ਨਵੀਂ ਲੈਣੀ ਆ ਅਲਮਾਰੀਆਂ ਲੈਣੀਆਂ ਸੋਫੇ ਲੈਣੇ ਆ ਬੈੱਡ ਲੈਣੇ ਆ ਉਹਨਾਂ ਤੱਕ ਇਹ ਵੀਡੀਓ ਪਹੁੰਚਦੀ ਕਰ ਦਿਓ ਕਿਉਂਕਿ ਜਿਨ੍ਹਾਂ ਦਾ ਸਿੱਬਲ ਠੀਕ ਹੈ ਜਿਨ੍ਹਾਂ ਕੋਲ ਇਸ ਟਾਈਮ ਮਤਲਬ ਪੈਸੇ ਇਕੱਠੇ ਇਕੱਠੇ ਨਹੀਂ ਹੈਗੇ ਤਾਂ ਉਹ ਇੱਥੇ 1 ਰੁਪਿਆ ਦੇ ਕੇ ਡਾਊਨ ਪੇਮੈਂਟ ਦੇ ਕੇ ਆਪਣੀ ਤਮੰਨਾ ਪੂਰੀ ਕਰ ਸਕਦੇ ਆ ਉਮੀਦ ਕਰਦੇ ਹਾਂ ਆਉਣ ਵਾਲੇ ਅਗਲੇ 10 ਦਿਨਾਂ ਵਿੱਚ ਤੁਹਾਡੀ ਤਮੰਨਾ ਪੂਰੀ ਹੋਵੇਗੀ ਤੁਸੀਂ ਸਦਾ ਖੁਸ਼ ਰਹੋਗੇ ਔਰ ਇਹ ਜਿਹੜੀ ਗਰੰਟੀ ਵਾਰੰਟੀ ਦਿੰਦੇ ਉਸ 'ਤੇ ਖਰਾ ਉਤਰਨਗੇ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਔਰ ਇਹਨਾਂ ਜਿਵੇਂ ਕਿਹਾ ਵੀਡੀਓ ਨੂੰ ਸ਼ੇਅਰ ਕਰ ਦਿਓ ਸ਼ੇਅਰ ਕਰਨਾ ਵੀ ਤੁਹਾਡਾ ਹੀ ਫਾਇਦਾ ਬੜੇ ਰਹਿਣਾ ਵਿਪਤੀ ਨਵਾਂ ਸ਼ਹਿਰ ਆਪਣੇ ਛੋਟੀ ਦਿਨੇਸ਼ਵਰੀ ਕੈਮਰਾ ਪਰਸਨ ਵਿਜੇ ਕੁਮਾਰ ਅਤੇ ਮਾਈ ਇਲੈਕਟ੍ਰੋਨਿਕਸ ਦੇ ਓਨਰ ਚੇਤਨ ਨੂੰ ਦਿਓ ਜਲਦ ਬਹੁਤ ਜਲਦ ਫਿਰ ਤੋਂ ਸੁਣਗੇ ਸਤਿ ਸ਼੍ਰੀ ਅਕਾਲ।